ਜੀ ਲੈਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਹੋਰ ਸੁਣਾਓ। ਮੈਂ ਨਾ ਅੱਜ ਪੂਰੇ ਵਾਅਦੇ ਕਰਨੇ ਨੇ ਔਰ ਇਹਨਾਂ ਵਾਅਦਿਆਂ ਨੂੰ ਪੂਰਾ ਜਿਹੜਾ ਹੁਣ ਮੈਨੂੰ ਨਹੀਂ ਪਤਾ ਕਿ ਤੁਸੀਂ ਕਰੋਗੇ ਜਾਂ ਮੈਂ ਕਰੂੰਗਾ ਜਾਂ ਆਉਣ ਵਾਲੀ ਸਰਕਾਰ ਕਰੂਗੀ, ਲੇਕਿਨ ਮੈਂ ਵਾਅਦੇ ਜ਼ਰੂਰ ਕਰਨੇ ਨੇ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਦਾ ਸੀਜ਼ਨ ਹੈ ਔਰ ਵਾਅਦੇ 'ਤੇ ਵਾਅਦੇ ਚੜ੍ਹੇ ਹੋਏ ਨੇ ਔਰ ਵਾਅਦੇ ਵੀ ਹੱਸ ਰਹੇ ਨੇ ਕਿ ਮੈਨੂੰ ਪੂਰਾ ਕਰੂ ਕੌਣ। ਸੋ ਇੱਕ ਵਾਰੀ ਫਿਰ ਖੁੰਡ ਚਰਚਾ ਪ੍ਰੋਗਰਾਮ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਕੁਲਵੰਤ ਸਿੰਘ ਗਿੱਲ ਅਤੇ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਣ ਸਿੰਘ ਜੀ ਲਹਿਲ, ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸੋਚਦੇ ਹੋਵੋਗੇ ਕਿ ਕੁਲਵੰਤ ਆਇਆ, ਲਹਿਲ ਆਇਆ ਔਰ ਆਉਂਦੇ ਇਹਨਾਂ ਨੇ ਵਾਅਦਿਆਂ ਦੀ ਗੱਲ ਕਰ ਲਈ, ਇਹੋ ਜਿਹੀ ਕਿਹੜੀ ਪਟਾਰੀ ਖੋਲ੍ਹਣ ਵਾਲੇ ਨੇ ਜਾਂ ਇਹੋ ਜਿਹਾ ਕਿਹੜਾ ਸੱਪ ਕੱਢਣ ਵਾਲੇ ਨੇ ਜਿਹਦੇ ਨਾਲ ਲੋਕ ਬੜੇ ਖੁਸ਼ ਹੋਣਗੇ। ਦੇਖੋ, ਨਾ ਤਾਂ ਅਸੀਂ ਸਪੇਰੇ ਹਾਂ, ਨਾ ਸਾਡੇ ਕੋਲ ਬੀਨ ਹੈ ਅਤੇ ਨਾ ਸਾਡੇ ਕੋਲ ਕੋਈ ਸੱਪ ਹੈ, ਨਾ ਸੱਪਾਂ ਦੀ ਟੋਕਰੀ ਹੈ। ਸੋ ਅਸੀਂ ਤਾਂ ਸਿੰਪਲ ਜੇ ਸਪੇਰੇ ਹਾਂ, ਅਸੀਂ ਬੀਨ ਵਜਾਉਂਦੇ ਹਾਂ ਸੱਚ ਦੀ, ਅਤੇ ਵਿੱਚੋਂ ਚਾਹੇ ਆਮ ਆਦਮੀ ਪਾਰਟੀ ਵਾਲਾ ਸੱਪ ਨਿਕਲਿਆ ਵਿੱਚ, ਚਾਹੇ ਅਕਾਲੀ ਦਲ ਵਾਲਾ ਨਿਕਲਿਆ ਵਿੱਚ, ਚਾਹੇ ਕਾਂਗਰਸ ਵਾਲਾ ਨਿਕਲਿਆ ਵਿੱਚ, ਚਾਹੇ ਭਾਜਪਾ, ਚਾਹੇ ਬਸਪਾ, ਹਰ ਬੰਦਾ ਅੱਜ ਇੱਕ ਦੂਜੇ ਨੂੰ ਲੈਡ ਆਉਣ ਦੀ ਕੋਸ਼ਿਸ਼ ਕਰ ਰਿਹਾ। ਕੋਈ ਕਹਿੰਦਾ ਮੈਂ 200 ਯੂਨਿਟ ਮਾਫ਼ ਕਰ ਦੂੰ, ਕੋਈ ਕਹਿੰਦਾ ਮੈਂ 300 ਕਰ ਦੂੰ, ਕੋਈ ਕਹਿੰਦਾ ਮੈਂ ਬੀਬੀਆਂ ਨੂੰ 500 ਦੇਊਂਗਾ, ਕੋਈ ਕਹਿੰਦਾ ਮੈਂ ਬੀਬੀਆਂ ਨੂੰ 1000 ਦੇ ਦੂੰ, ਕੋਈ ਕਹਿੰਦਾ ਮੈਂ ਆਟੋ ਵਾਲਿਆਂ ਦੇ ਜੁਰਮਾਨੇ ਮਾਫ਼ ਕਰ ਦੂੰ ਆਟੋ ਰਿਕਸ਼ਾ ਵਾਲਿਆਂ ਦੇ, ਕੋਈ ਕਹਿੰਦਾ ਵੀ ਦਿੱਲੀ ਦੇ ਵਿੱਚ ਮੇਰੀ ਜਿੱਤੀ ਆਟੋ ਰਿਕਸ਼ਾ ਵਾਲਿਆਂ ਕਰਕੇ ਹੋਈ ਹੈ ਅਤੇ ਆਟੋ ਰਿਕਸ਼ਾ ਤਾਂ ਬਹੁਤ ਮੇਰੇ ਨੇੜੇ ਨੇ। ਸੋ ਪੰਜਾਬ ਦੇ ਵਿੱਚ ਇਸ ਸਮੇਂ ਦੋ ਦੋ ਕੇਜਰੀਵਾਲ ਘੁੰਮ ਰਹੇ ਨੇ। ਪਹਿਲਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਜਿਹੜਾ ਕਿ ਦਿੱਲੀ ਦਾ ਮੁੱਖ ਮੰਤਰੀ ਹੈ, ਔਰ ਦੂਜਾ ਕੇਜਰੀਵਾਲ ਚਰਨਜੀਤ ਸਿੰਘ ਚੰਨੀ। ਇਹ ਅਸੀਂ ਨਹੀਂ ਕਹਿ ਰਹੇ ਲਹਿਲ ਸਾਹਿਬ, ਇਹ ਕੇਜਰੀਵਾਲ ਸਾਹਿਬ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਨਕਲੀ ਕੇਜਰੀਵਾਲ ਘੁੰਮ ਰਿਹਾ, ਜਿਹੜਾ ਕਿ ਜਦੋਂ ਮੈਂ ਪੰਜਾਬ ਜਾਂਦਾ ਮੈਂ ਕੋਈ ਐਲਾਨ ਕਰਕੇ ਆਉਣਾ ਤਾਂ ਉਸੇ ਐਲਾਨ ਕਰਨ ਤੋਂ ਬਾਅਦ ਚੰਨੀ ਦੀ ਜਾਗ ਖੁੱਲ੍ਹਦੀ ਹੈ ਅਤੇ ਉਹ ਉਹਨਾਂ ਲੋਕਾਂ ਨੂੰ ਮਿਲਣ ਪਹੁੰਚ ਜਾਂਦਾ। ਜੇ ਬੀਬੀਆਂ ਦੀ ਗੱਲ ਕੀਤੀ ਤਾਂ ਉਹ ਬੀਬੀਆਂ ਕੋਲ ਪਹੁੰਚ ਗਿਆ, ਕਹਿੰਦੇ ਜੀ ਬੀਬੀਆਂ ਨੂੰ ਅਸੀਂ ਪੈਸੇ ਦੇਵਾਂਗੇ। ਫਿਰ ਜੇ ਉਹ ਆਟੋ ਵਾਲਿਆਂ ਦੀ ਗੱਲ ਕੀਤੀ ਤਾਂ ਚੰਨੀ ਸਾਹਿਬ ਆਟੋ ਵਾਲਿਆਂ ਕੋਲ ਪਹੁੰਚ ਗਏ, ਜੇ ਟੀਚਰਾਂ ਦੀ ਗੱਲ ਕੀਤੀ ਤਾਂ ਚੰਨੀ ਸਾਹਿਬ ਟੀਚਰ ਵਾਲੇ ਕੋਲ ਪਹੁੰਚ ਗਏ, ਜੇ ਹੈਲਥ ਦੀ ਗੱਲ ਕੀਤੀ ਤਾਂ ਚੰਨੀ ਸਾਹਿਬ ਦਾ ਹੈਲਥ 'ਤੇ ਬਿਆਨ ਆ ਗਿਆ। ਕੁੱਲ ਮਿਲਾ ਕੇ ਇੱਕ ਦੂਜੇ ਨੂੰ ਲਹਿਲ ਸਾਹਿਬ ਬਹੁਤ ਹਾਵੀ ਹੋ ਰਹੇ ਨੇ। ਉੱਧਰੋਂ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਮਜੀਠੀਆ ਉਹ ਕਰੜੇ ਹੱਥੀ ਲੈ ਰਿਹਾ, ਨਵਜੋਤ ਸਿੰਘ ਸਿੱਧੂ ਨੂੰ ਵੀ ਲੈ ਰਿਹਾ, ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਵੀ ਲੈ ਰਿਹਾ, ਚਰਨਜੀਤ ਚੰਨੀ ਨੂੰ ਵੀ ਲੈ ਰਿਹਾ। ਕੁੱਲ ਮਿਲਾ ਕੇ ਟਾਰਗੇਟ ਸਾਰਿਆਂ ਦਾ ਇੱਕੋ ਹੀ ਹੈ ਕਿ ਪੰਜਾਬ ਦੀ ਸੱਤਾ 'ਤੇ ਕਿਵੇਂ ਕਬਜ਼ਾ ਕਰਨਾ, ਪੰਜਾਬ ਦੀ ਸੱਤਾ ਨੂੰ ਕਿਵੇਂ ਹਾਸਲ ਕਰਨਾ। ਬਿਲਕੁਲ, ਤੁਸੀਂ ਲਹਿਲ ਸਾਹਿਬ ਮੈਨੂੰ ਇਹ ਦੱਸੋ ਵੀ ਹੁਣ ਚੰਨੀ ਵੀ ਐਲਾਨ ਕਰੀ ਜਾਂਦਾ ਹੈ, ਕੇਜਰੀਵਾਲ ਕਹਿੰਦਾ ਹਰ ਔਰਤ ਨੂੰ ਮਿਲੇਗਾ 1000 ਰੁਪਈਆ, ਯਾਨੀ ਕਿ 1 ਕਰੋੜ ਜਨਾਨੀ ਨੂੰ ਫਾਇਦਾ ਹੋਊਗਾ, ਔਰ ਇਹਦਾ ਕਿੰਨਾ ਸਰਕਾਰ 'ਤੇ ਬੋਝ ਪਊਗਾ, ਇਹ ਬਾਅਦ ਦੀ ਗੱਲ ਹੈ, ਹਜੇ ਸਿਰਫ ਐਲਾਨ ਤੱਕ ਸੀਮਿਤ ਹੈ। ਉੱਧਰੋਂ ਚੰਨੀ ਸਾਹਿਬ ਨੇ ਐਲਾਨ ਕਰਤਾ ਕਿ ਪੰਜਾਬ ਦੇ ਵਿੱਚ ਕੇਬਲ ਮਾਫੀਆ ਖਤਮ ਕਰਤਾ, ਜਿਹੜਾ ਪਹਿਲਾਂ 350-400 ਰੁਪਈਆ ਵਸੂਲ ਕਰਦਾ ਸੀ ਲੋਕਾਂ ਦੇ ਘਰਾਂ ਤੋਂ ਟੀ ਵੀ ਚੈਨਲ ਦਿਖਾਉਣ ਵਾਸਤੇ, ਉਹ ਹੁਣ 100 ਰੁਪਈਆ ਚਾਰਜ ਕਰੂਗਾ। ਇਹ ਹੁਣ ਘਾਟਾ ਕੇਬਲ ਵਾਲੇ ਨੂੰ ਪੈਣਾ ਹੈ ਜਾਂ ਸਰਕਾਰ ਨੂੰ ਪੈਣਾ ਟੈਕਸਾਂ ਦਾ, ਇਹ ਗੱਲਾਂ ਬਾਅਦ ਦੀਆਂ ਨੇ, ਲੇਕਿਨ 2-2.5 ਮਹੀਨੇ ਦੇ ਵਿੱਚ ਲੋਕਾਂ ਨੂੰ ਤਜਰਬੇ ਜ਼ਰੂਰ ਦਿਖਾ ਰਹੀ ਹੈ ਚੰਨੀ ਸਰਕਾਰ। ਤੁਹਾਡਾ ਕੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਐਲਾਨ ਤਾਂ ਹੋ ਰਹੇ ਨੇ, ਐਡੇ ਐਡੇ ਪਹਾੜ ਜਿੱਡੇ ਐਲਾਨ ਹੋ ਰਹੇ ਨੇ, ਇੱਥੇ 100 ਕਰੋੜ ਹੋ ਜੂ, ਇੱਥੇ 100 ਕਰੋੜ ਹੋ ਜੂ, ਔਰ ਖਜ਼ਾਨੇ ਦੀ ਪੋਜੀਸ਼ਨ ਇਸ ਸਮੇਂ 0 ਹੈ, ਖਜ਼ਾਨੇ ਦੇ ਪੱਲੇ ਕੁਛ ਨਹੀਂ ਹੈ। ਤੁਸੀਂ ਸੋਚਦੇ ਹੋ ਕਿ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਚੰਨੀ ਸਰਕਾਰ ਲੋਕਾਂ ਨੂੰ ਲਾਟੂ ਦਿਖਾ ਰਹੀ ਹੈ ਕਿ ਉਹ ਜਗੂਗਾ ਜਾਂ ਫਿਰ ਜਗਮਗ ਕਰੂਗਾ, ਉਹ ਕੀ ਕਹਿਣਾ ਚਾਹੁੰਦੇ ਹੋ? ਗਿੱਲ ਸਾਹਿਬ, ਗੱਲ ਇਹ ਆ ਜੀ, ਇੱਕ ਪੰਜਾਬ ਦਾ ਅਖਾਣ ਹੈ, ਕੁੜੀ ਪੇਟ ਕਣਕ ਖੇਤ, ਅੱਛਾ ਆ ਜਵਾਈਆ ਮੰਡੇ ਖਾ, ਇਹਦਾ ਮਤਲਬ ਵੀ ਦੱਸ ਦਿਓ, ਮੈਨੂੰ ਵੀ ਨਹੀਂ ਪਤਾ। ਇਹਦਾ ਮਤਲਬ ਇਹ ਹੈ ਅਜੇ ਕੁੜੀ ਜੰਮੀ ਨਹੀਂ, ਕਣਕ ਉੱਗੀ ਨਹੀਂ, ਤੇ ਜਵਾਈ ਨੂੰ ਪਹਿਲਾਂ ਹੀ ਅਨਾਊਂਸ ਕਰਤਾ ਵੀ ਰੋਟੀਆਂ ਖਾ ਜਾਣ ਕੇ, ਅੱਛਾ ਚੁੱਲ੍ਹੇ ਤੇ ਗਰਮ ਗਰਮ ਰੋਟੀਆਂ ਬਣੀਆਂ ਤੂੰ ਛੱਕ, ਹੁਣ ਜਵਾਈ ਨੇ ਵੇਖਣਾ ਵੀ ਆਹ ਕੁੜੀ ਤੇ ਜੰਮੀ ਨਹੀਂ, ਕਣਕ ਅਜੇ ਪੈਦਾ ਨਹੀਂ ਹੋਈ, ਕਿਆ ਵੱਡੀ ਹੈ। ਸੋ ਕਹਿਣ ਦਾ ਭਾਵ ਇਹ ਹੈ ਇਹ ਚੋਣਾਂ ਦੇ ਦੌਰਾਨ ਉਵੇਂ ਆ ਜਿਵੇਂ ਸਾਡੇ ਹਰ ਸਾਲ ਦੀਵਾਲੀ ਦਾ ਮੇਲਾ ਲੱਗਦਾ, ਦੁਸਹਿਰੇ ਦਾ ਮੇਲਾ ਵੀ ਲੱਗਦਾ, ਵਿਸਾਖੀ ਦਾ ਵੀ ਲੱਗਦਾ, ਸੇਲਾਂ ਲੱਗ ਗਈਆਂ ਸੇਲਾਂ, ਉਹਨਾਂ ਮੇਲਿਆਂ 'ਚ ਇਹ ਜਿਹੜੀਆਂ ਸਾਡੇ ਪ੍ਰੋਡਕਟਸ ਨੇ ਜਿੰਨੇ ਵੀ ਹਿੰਦੁਸਤਾਨ ਦੇ ਵੱਡੀਆਂ ਵੱਡੀਆਂ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਉਹ ਆਪੋ ਆਪਣਾ ਪ੍ਰੋਡਕਟ ਵੇਚਣ ਵਾਸਤੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਕਮਿਸ਼ਨ ਬੇਸਿਸ 'ਤੇ ਜਿਹਨੂੰ ਕਹਿ ਦਈਏ ਜਾਂ ਰਿਆਤੀ ਦਰਾਂ 'ਤੇ ਕਹਿ ਦਈਏ
ਜਾਂ ਡਿਸਕਾਊਂਟ ਜਿਹਨੂੰ ਕਹਿ ਦਈਏ ਕੰਪਨੀਆਂ, ਉਹਦੇ ਉੱਤੇ ਆਪਣਾ ਜਿਹੜਾ ਮਾਲ ਵੇਚਦੀਆਂ ਨੇ। ਇੱਕ ਬੰਦਾ ਟੈਲੀਵਿਜ਼ਨ ਵੇਚਦਾ, ਉਹ ਕਹਿੰਦਾ ਮੈਂ 50% ਡਿਸਕਾਊਂਟ 'ਤੇ ਟੈਲੀਵਿਜ਼ਨ ਦਊਂ। ਦੂਜੇ ਦੀ ਆ ਜਾਂਦੀ ਆ ਮੈਂ ਫਰਿੱਜ 70% ਡਿਸਕਾਊਂਟ 'ਤੇ ਦਊਂ। ਅੱਛਾ, ਸਾਈਕਲ ਵਾਲਾ ਕਹਿੰਦਾ ਮੈਂ 90% 'ਤੇ ਦਊਂ, ਕੋਈ ਕਹਿੰਦਾ ਕੁਛ ਕਹਿੰਦਾ। ਇਹ ਰਾਜਨੀਤੀ ਹੈ। ਇਸ ਰਾਜਨੀਤੀ 'ਚ ਮੈਨੂੰ ਇਹ ਨਹੀਂ ਸਮਝ ਆਈ ਵੀ ਅੱਜ ਤੱਕ 70 ਸਾਲ ਤੱਕ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਲੋਕਾਂ ਨੂੰ ਸਾਡੀ ਮੌਜੂਦਾ ਸਰਕਾਰ ਔਰ ਸਾਡੀਆਂ ਰਾਜਨੀਤਿਕ ਬਾਕੀ ਪਾਰਟੀਆਂ ਮੂਰਖ ਬਣਾ ਰਹੀਆਂ ਨੇ। ਅੱਛਾ ਜੀ, ਜਾਣਦੀਆਂ ਉਹ ਵੀ ਨੇ ਕਿ ਇਹ ਮੌਕਾ ਆਪੋ ਆਪਣੇ ਸ਼ੋਸ਼ੇ ਛੱਡਣ ਦਾ। ਉਹ ਸ਼ੋਸ਼ੇ ਹੀ ਨੇ, ਜੇ ਸ਼ੋਸ਼ੇ ਨਾ ਹੁੰਦੇ ਤਾਂ ਆਪਾਂ ਪਿਛਲੇ ਜਿਹੜੇ 70 ਸਾਲ ਦੇ ਤਜ਼ਰਬੇ ਤੋਂ ਆਪਾਂ ਸਿੱਖਦੇ। ਹਰ 5 ਸਾਲ ਬਾਅਦ ਹਰ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਮੰਗਾਂ ਅਤੇ ਜਿਹੜੀਆਂ ਉਹ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਅਨਾਊਂਸ ਕੀਤੇ ਸੀ ਕਿ ਉਹ ਲਾਗੂ ਹੋਏ। ਜੇ ਪਹਿਲਾਂ ਲਾਗੂ ਨਹੀਂ ਹੋਏ ਤਾਂ ਹੁਣ ਕਿਹੜਾ ਪਾਰਲੀਮੈਂਟ ਜਾਂ ਅਸੈਂਬਲੀ 'ਚ ਕੋਈ ਇਹੋ ਜਿਹਾ ਕਾਨੂੰਨ ਪਾਸ ਹੋ ਗਿਆ ਵੀ ਜਿਹੜੇ ਵੀ ਬੰਦੇ ਇੱਦਾਂ ਦੀਆਂ ਕੋਈ ਲਾਰੇਬਾਜ਼ੀਆਂ ਲਾ ਕੇ ਲੋਕਾਂ ਤੋਂ ਵੋਟਾਂ ਵਟੋਰਨਗੇ ਜੀ, ਉਹਨਾਂ ਦੇ ਉੱਤੇ ਕੋਈ ਕਾਨੂੰਨੀ ਤੌਰ 'ਤੇ ਜੀ ਐਕਸ਼ਨ ਹੋਏਗਾ ਜੀ। ਅਜੇ ਤੱਕ ਪਾਰਲੀਮੈਂਟ ਤੋਂ ਵੀ ਔਰ ਨਾ ਹੀ ਅਸੈਂਬਲੀ ਤੋਂ ਜੀ ਗਿੱਲ ਸਾਹਿਬ ਕੋਈ ਇਹੋ ਜਿਹਾ ਰੈਜੂਲੇਸ਼ਨ ਪਾਸ ਨਹੀਂ ਹੋਇਆ। ਜਦੋਂ ਰੈਜੂਲੇਸ਼ਨ ਪਾਸ ਹੀ ਨਹੀਂ ਹੋਇਆ, ਮੰਨ ਲਓ ਇੱਕ ਸੜਕ 'ਤੇ ਜਾ ਰਹੇ ਹਾਂ, ਜੇ ਅੱਗੇ ਸੜਕ ਬੰਦ ਨਹੀਂ ਆ, ਉਹਦਾ ਇੰਡੀਕੇਸ਼ਨ ਨਹੀਂ ਆ, ਤਾਂ ਅਸੀਂ ਕਦੇ ਵੀ ਉਸ ਸੜਕ ਤੋਂ ਲੰਘਣ ਤੋਂ ਗੁਰੇਜ਼ ਨਹੀਂ ਕਰਾਂਗੇ। ਜਾਵਾਂਗੇ ਜ਼ਰੂਰ, ਪਰ ਜਦੋਂ ਉੱਥੇ ਬੰਦ ਦਾ ਨਿਸ਼ਾਨ ਜਿਹੜਾ ਇੱਟਾਂ ਨਾਲ ਬੰਦ ਕੀਤਾ ਹੋਊਗਾ ਤਾਂ ਮੂੰਹ ਦਿਖਾ ਕੇ ਵਾਪਸ ਮੁੜ ਆਵਾਂਗੇ ਜੀ। ਬਿਲਕੁਲ, ਅੱਜ ਸਾਡੀਆਂ ਰਾਜਸੀ ਪਾਰਟੀਆਂ ਦਾ ਹਾਲਾਤ ਇਹ ਹੈ ਵੀ ਜੋ ਕੁਛ ਕਰ ਹੀ ਨਹੀਂ ਸਕਦੀਆਂ ਉਹਨੂੰ ਅਨਾਊਂਸ ਕੀਤਾ ਜਾ ਰਿਹਾ। ਚਰਨਜੀਤ ਚੰਨੀ ਜਿੱਦਾਂ ਦੇ ਫਾਈਨੈਂਸ਼ੀਅਲ ਫੈਸਲੇ ਲਾ ਰਹੇ ਦੇ ਰਿਹਾ ਕਿ ਇਹ ਫੈਸਲੇ ਲਾਗੂ ਹੋ ਜਾਣਗੇ। ਲਾਗੂ ਤਾਂ ਹੋਣਗੇ, ਝੱਗਾ ਤਾਂ ਸਵਾਇਆ ਜਾਊ, ਪਤਲੂਨ ਅਤੇ ਪੈਂਟ ਤਾਂ ਸਵਾਈ ਜਾਊ ਜੇ ਬਾਪੂ ਦੇ ਜੇਬ 'ਚ ਪੈਸੇ ਹੋਣਗੇ, ਜੇ ਗੀਜੇ ਪੈਸੇ ਹੋਣਗੇ, ਜੇ ਗੀਜੇ 'ਚ ਪੈਸੇ ਹੋਣਗੇ। ਜਦੋਂ ਤੁਹਾਡੇ ਗੀਜੇ 'ਚ ਪੈਸੇ ਹੀ ਨਹੀਂ ਅਤੇ ਪੈਸੇ ਕਮਾਉਣ ਲਈ ਤੁਹਾਡੇ ਕੋਈ ਇਹੋ ਜਿਹਾ ਸਾਧਨ ਨਹੀਂ ਜਿੱਥੇ ਤੁਸੀਂ ਕੰਮ ਕਰਕੇ ਮਿਹਨਤ ਕਰਕੇ ਕੋਈ 4 ਰੁਪਈਏ ਕਮਾ ਸਕਦੇ ਹੋ, ਤਾਂ ਤੁਹਾਨੂੰ ਝੱਗਾ ਜਾਂ ਪਤਲੂਨ ਕੌਣ ਸਵਾ ਕੇ ਦੇਵੇਗਾ? ਦੋ ਹੀ ਚੀਜ਼ਾਂ ਨੇ, ਜਾਂ ਤਾਂ ਝੱਗਾ ਅਤੇ ਪਤਲੂਨ ਚੋਰੀ ਕਿਸੇ ਦੁਕਾਨ ਤੋਂ ਕਰਨੀ ਪਏਗੀ, ਅਤੇ ਜਾਂ ਤੁਸੀਂ ਵਿਆਜ 'ਤੇ ਪੈਸੇ ਲੈਣੇ ਪੈਣਗੇ। ਵਿਆਜ 'ਤੇ ਪੈਸੇ ਲੈ ਕੇ, ਲੋਨ ਲੈ ਕੇ ਤੁਸੀਂ ਜਿਹੜਾ ਇਹ ਕੰਮ ਕਰੋਗੇ, ਔਰ ਮੁੜ ਕੇ ਉਸ ਵਿਆਜ ਜਿਹੜਾ ਵਿਆਜੀ ਪੈਸੇ ਲਏ ਨੇ ਉਹਦਾ ਇੰਟਰਸਟ ਤਾਰਦਿਆਂ ਤਾਰਦਿਆਂ ਤੁਸੀਂ ਆਤਮ ਹੱਤਿਆ ਲ ਜਾਓਗੇ, ਹੋਰ ਕੋਈ ਹੱਲ ਨਹੀਂ ਹੋ ਸਕਦਾ ਜੀ। ਸੋ ਚਰਨਜੀਤ ਚੰਨੀ ਨੇ ਜਿਹੜਾ ਰਾਹ ਅਪਣਾਇਆ, ਇਹ ਰਾਹ ਵੀ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵਾਂਸ ਤੌਰ 'ਤੇ ਜਿਹੜੀਆਂ ਰੈਲੀਆਂ ਕਰ ਕਰਕੇ, ਜਿਹੜੇ ਮੀਟਿੰਗਾਂ ਕਰ ਕਰਕੇ, ਪ੍ਰੈਸ ਕਾਨਫਰੰਸਾਂ ਕਰ ਕਰਕੇ ਆਪਣੇ ਪੱਤੇ ਖੋਲ੍ਹੇ ਸੀ, ਉਹਨਾਂ ਪੱਤਿਆਂ ਨੂੰ ਇਕੱਠਿਆਂ ਕਰਕੇ ਅੱਜ ਲੋਕਾਂ 'ਚ ਵੰਡਣਾ ਸ਼ੁਰੂ ਕਰ ਦਿੱਤਾ। ਕੇਜਰੀਵਾਲ ਸਾਹਿਬ ਜੋ ਕਹਿੰਦੇ ਆ ਨਾ ਵੀ ਇੱਕ ਨਕਲੀ ਕੇਜਰੀਵਾਲ, ਉਹ ਕੇਜਰੀਵਾਲ ਨੇ ਜਦੋਂ ਸਭ ਤੋਂ ਪਹਿਲਾਂ ਇਹ ਯੂਨਿਟਾਂ ਦੀ ਗੱਲ ਕੀਤੀ ਸੀ ਤਾਂ ਅਕਾਲੀ ਦਲ ਨੇ ਨਾਲ ਹੀ ਯੂਨਿਟ ਵਧਾ ਦਿੱਤੇ ਸੀ। ਜਦੋਂ ਦੂਸਰੀ ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਦਲਿਤ ਮੁੱਖ ਮੰਤਰੀ ਦੀ ਗੱਲ ਕੀਤੀ ਸੀ ਵੀ ਅਸੀਂ ਡਿਪਟੀ ਸੀਐਮ ਲਾਵਾਂਗੇ, ਕਾਂਗਰਸ ਨੇ ਕੀ ਕੀਤਾ, ਉਹਨਾਂ ਨੇ ਡਿਪਟੀ ਸੀਐਮ ਦੀ ਬਜਾਏ ਕਿ ਸੀਐਮ ਹੀ ਲਾਤਾ ਦਲਿਤ। ਸੋ ਸਾਰੇ ਕੁਛ ਬੇਸਿਕਲੀ ਇੱਕ ਨਕਲ ਹੈ, ਇਹ ਕੋਈ ਰਾਜਨੀਤੀ ਨਹੀਂ ਹੈ, ਇਹ ਕੋਈ ਪੋਲਸੀਜ ਨਹੀਂ ਹੈ। ਇਸ ਪੋਲਸੀ ਨੂੰ ਕੰਡੈਮ ਕਰਨ ਵਾਲੇ ਹੋਰ ਤਾਂ ਕੋਈ ਹੋਣ ਜਾਂ ਨਾ ਹੋਣ, ਪਰ ਇੱਕ ਨਵਜੋਤ ਸਿੰਘ ਸਿੱਧੂ ਖੁਦ ਆਪ ਹੈ। ਜਿਹੜਾ ਨਵਜੋਤ ਸਿੰਘ ਸਿੱਧੂ ਅੱਜ ਪਾਰਟੀ ਦਾ ਪ੍ਰਧਾਨ ਹੈ, ਉਹ ਜਵਾਬਦੇਹ ਹੋਊਗਾ ਔਰ ਇਹ ਗੱਲ ਕਰਕੇ ਆਪਣੇ ਸਿਰ ਦੇ ਉੱਤੋਂ ਜ਼ਿੰਮੇਵਾਰੀ ਲਾ ਦੇਗਾ ਵੀ ਮੈਂ ਤਾਂ ਸਰਕਾਰ ਹੈ ਹੀ ਨਹੀਂ ਸੀ, ਮੈਂ ਤਾਂ ਸਿਰਫ ਇੱਕ ਕਾਂਗਰਸ ਦੀ ਪਾਰਟੀ ਨੂੰ ਮਜ਼ਬੂਤੀ ਵਾਸਤੇ ਮੈਨੂੰ ਲਾਇਆ ਗਿਆ ਸੀ, ਮੈਂ ਆਪਣੀ ਯੂਨਿਟ ਕਾਇਮ ਕਰਨੀ ਸੀ, ਸਰਕਾਰ ਤਾਂ ਚਰਨਜੀਤ ਚੰਨੀ ਨੇ ਚਲਾਉਣੀ ਸੀ। ਬਿਲਕੁਲ। ਸੋ ਚਰਨਜੀਤ ਚੰਨੀ ਜਿੰਨੇ ਵੀ ਅੱਜ ਅਨਾਊਂਸ ਟੈਕਸੀਆਂ ਵਾਲਿਆਂ ਦੇ, ਆਟੋਆਂ ਵਾਲਿਆਂ ਦੇ, ਅੱਜ ਤੱਕ ਤਾਂ ਚਰਨਜੀਤ ਚੰਨੀ ਨੇ ਕਦੀ ਆਟੋ ਵਾਲੇ ਨੂੰ ਕਦੇ ਪੁੱਛਿਆ ਹੀ ਨਹੀਂ ਸੀ, ਟੈਕਸੀ ਵਾਲੇ ਨੂੰ ਕਦੇ ਨਹੀਂ ਪੁੱਛਿਆ। ਹੁਣ ਕੱਲ੍ਹ ਨੂੰ ਹੋਟਲਾਂ ਵਾਲਿਆਂ ਦੀ ਵਾਰੀ ਆਉਣੀ ਆ। ਬਿਲਕੁਲ, ਕੱਲ੍ਹ ਨੂੰ ਹੋਟਲਾਂ ਵਾਲਿਆਂ ਦੀ ਵਾਰੀ ਆਉਣੀ ਆ ਵੀ ਜਿੰਨਾ ਮਰਜ਼ੀ ਗੰਦ ਪਾਓ ਤੁਹਾਨੂੰ ਕੋਈ ਛਾਪੇ ਨਹੀਂ ਪੈਣ। ਫਿਰ ਰਿਕਸ਼ਿਆਂ ਵਾਲਿਆਂ ਦੀ ਵਾਰੀ ਆਉਣੀ ਆ, ਉਹ ਤੋਂ ਬਾਅਦ 'ਚ ਸਫਾਈ ਵਾਲਿਆਂ ਦੀ ਵਾਰੀ ਆਉਣੀ ਆ, ਦਰਜੀਆਂ ਦੀ ਵਾਰੀ ਆਉਣੀ ਆ,
ਵੀ ਤੁਹਾਨੂੰ ਇੱਕ ਇੱਕ ਮਸ਼ੀਨ ਜਿਹੜੀ ਆ ਦਰਜੀਆਂ ਨੂੰ ਕੱਪੜੇ ਸੀਣ ਵਾਲੇ ਜਿਹੜੇ ਬੰਦੇ ਨੂੰ ਦਿੱਤੀ ਜਾਊਗੀ। ਸੋ ਇਸ ਕਰਕੇ ਇਹ ਜਿਹੜੀ ਮਾਫੀਆ ਦੀ ਗੱਲ ਕਰਦੇ ਆ ਨਾ, ਕੇਵਲ ਮਾਫੀਆ, ਅੱਜ ਕੇਵਲ ਮਾਫੀਆ ਕਿੱਦਾਂ ਯਾਦ ਆ ਗਿਆ, ਜਦੋਂ ਕਿ 5.5 ਸਾਲ ਜਦ ਤੋਂ ਪਹਿਲਾਂ ਵੀ ਕੇਵਲ ਮਾਫੀਆ ਤਾਂ ਉਦੋਂ ਵੀ ਚੱਲਦਾ ਸੀ, ਉਦੋਂ ਵੀ ਸਾਡੇ ਘਰਾਂ 'ਚ 300 ਤੋਂ 400 ਰੁਪਇਆ ਦਿੰਦੇ ਸੀ ਅਸੀਂ। ਉਦੋਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਇਹਨੂੰ ਬੰਦ ਕਰਾਂਗੇ। ਸੋ ਉਦੋਂ ਮਨਪ੍ਰੀਤ ਬਾਦਲ ਨੇ ਵੀ ਨਹੀਂ ਬੰਦ ਕੀਤਾ। ਅੱਜ ਮਨਪ੍ਰੀਤ ਬਾਦਲ ਦੀ ਹਰ ਜਿਹੜੀ ਚੁੱਪ ਦੇ ਪਿੱਛੇ ਇੱਕ ਬਹੁਤ ਵੱਡਾ ਤੂਫਾਨ ਜਿਹੜਾ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਉਹਦੀ ਜ਼ਬਾਨ ਬੰਦ ਹੈ, ਕਿਉਂਕਿ ਇਹਨੇ ਵਿਦਰ ਦਾ ਰੂਪ ਧਾਰ ਕਰਕੇ, ਵਿਦਰ ਦੀ ਪੋਲਿਸੀ ਨੂੰ ਅਡੋਪਟ ਕਰਕੇ ਚਰਨਜੀਤ ਚੰਨੀ ਨੂੰ ਉਸ ਵੇਲੇ ਮੁੱਖ ਮੰਤਰੀ ਬਣਾਤਾ ਸੀ। ਸੋ ਇਸ ਕਰਕੇ ਉਹਦੀ ਮਜਬੂਰੀ ਬਣ ਜਾਂਦੀ ਹੈ ਮਨਪ੍ਰੀਤ ਬਾਦਲ ਦੀ। ਅਗਰ ਉਹ ਵਿਰੋਧ ਕਰੇਗਾ ਤਾਂ ਆਪਣੇ ਹੱਥੀਂ ਆਪਣੀ ਫਸਲ ਆਪ ਕੱਟੇਗਾ। ਸੋ ਇਹ ਇੱਕ ਬਹੁਤ ਵੱਡੇ ਜਿਹੜੇ ਨੇ ਇਸ਼ੂ ਨੇ, ਜਿਹਨਾਂ ਇਸ਼ੂਆਂ ਦੇ ਉੱਤੇ ਅੱਜ ਪੰਜਾਬ ਦੀ ਸਰਕਾਰ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਵੱਡੇ ਵੱਡੇ ਜਿਹੜੇ ਬੈਨਰ ਲਾ ਕੇ, ਵੱਡੇ ਵੱਡੇ ਹੋਲਡਿੰਗ ਲਾ ਕੇ, ਉੱਤੇ ਲਿਖਿਆ ਹੁੰਦਾ ਹੋਲਡਿੰਗ ਦੇ ਉੱਤੇ, ਹੁਣ ਤੁਹਾਨੂੰ 3 ਫੁੱਟ ਜ਼ਮੀਨ ਦੇ ਵਿੱਚੋਂ ਮਿੱਟੀ ਜਿਹੜੀ ਆ ਕੱਢਣ ਦਾ ਅਧਿਕਾਰ ਦੇ ਦਿੱਤਾ ਜਾਂਦਾ। ਕਈਆਂ ਥਾਵਾਂ ਦੇ ਉੱਤੇ ਬੁੜੀਆਂ ਨੂੰ ਜੱਫੀਆਂ ਪਾਈਆਂ ਹੋਈਆਂ ਨੇ। ਕੱਲ੍ਹ ਵੀ ਨਵਜੋਤ ਸਿੰਘ ਸਿੱਧੂ ਔਰ ਜਿਹੜਾ ਸਾਡੇ ਮੁੱਖ ਮੰਤਰੀ ਚਰਨਜੀਤ ਚੰਨੀ, ਉਹ ਬੀਬੀਆਂ ਨੂੰ ਮਿਲ ਰਿਹਾ, ਬੰਦਿਆਂ ਨਹੀਂ ਰਿਹਾ। ਇਹ ਸਭ ਇੱਕ ਪਖੰਡਬਾਜ਼ੀਆਂ ਨੇ। ਔਰ ਕੇਜਰੀਵਾਲ ਜਿਹੜਾ ਅੱਜ ਉਸੇ ਤਰ੍ਹਾਂ ਜਿੰਨੇ ਅਨਾਊਂਸ ਕਰ ਰਿਹਾ ਕਿ 1000 ਪਰ ਲੇਡੀ ਨੂੰ ਜਿਹੜਾ ਉਹ ਪੈਨਸ਼ਨ ਬੈਨੀਫਿਟ ਦੇਵਾਂਗੇ। ਕੀ ਇਹ ਪੈਨਸ਼ਨ 1000 ਰੁਪਈਆ ਆਊਗਾ ਕਿੱਥੋਂ? ਤੁਸੀਂ ਬੱਚੀ ਨੂੰ ਕਿਹਾ, ਭੈਣ ਨੂੰ ਕਿਹਾ, ਸੱਸ ਨੂੰ ਕਿਹਾ, ਸਹੁਰੇ ਨਣਦ ਨੂੰ ਕਿਹਾ, ਇੱਕ ਘਰ ਦੇ ਵਿੱਚ ਜੇ 7 ਲੇਡੀ ਨੇ ਤੇ 7000 ਰੁਪਈਆ ਮਹੀਨਾ ਤੁਸੀਂ ਕਿੱਥੋਂ ਦੇ ਪਾਓਗੇ? ਮੈਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਚਰਨਜੀਤ ਚੰਨੀ ਦੇ ਸ਼ਾਇਦ ਆਰਟਸ ਨਾਲ ਸੰਬੰਧਿਤ ਐਜੂਕੇਟਡ ਹੈ, ਗ੍ਰੈਜੂਏਟ ਹੈ, ਪਰ ਤੁਸੀਂ ਤਾਂ ਇੱਕ IR ਅਫਸਰ ਹੋ, ਤੁਸੀਂ ਤਾਂ ਇੱਕ ਜਿਹੜੇ ਮਤਲਬ ਘੱਟੋ ਘੱਟ ਅਕਾਊਂਟਸ ਨਾਲ ਸੰਬੰਧਿਤ ਹੋ। ਤੁਹਾਨੂੰ ਤਾਂ ਹਿੰਦੁਸਤਾਨ ਦੀ ਜਿਹੜੀ ਗਰੋਥ ਦਾ ਪਤਾ ਹੈ ਵੀ ਹਿੰਦੁਸਤਾਨ ਨੂੰ ਗਰੋਥ ਕਿਵੇਂ ਹੋਣੀ ਹੈ ਜੀ, ਕਿੱਥੋਂ ਪੈਸਾ ਆਉਣਾ, ਕਿੱਥੇ ਪੈਸਾ ਇਨਵੈਸਟ ਹੋਣਾ, ਕਿਸ ਢੰਗ ਨਾਲ ਆਪਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਸਕਦੇ ਹਾਂ। ਕਿਤੇ ਇਹ ਸਿਰਫ ਤਾਂ ਸਿਰਫ ਤੁਹਾਡੇ ਵੀ ਜੁਮਲੇ ਹੀ ਨੇ। ਸ਼੍ਰੋਮਣੀ ਅਕਾਲੀ ਦਲ ਹੈਗੇ ਤਾਂ ਬੈਠਕ ਮਾਰ ਕੇ ਬੈਠੀ ਹੈ, ਉਹ ਤੁਹਾਡੇ ਦੋਨਾਂ ਵੱਲ ਵੇਖਣ ਦੀ ਹੈ, ਔਰ ਨਵਾਂ ਕੋਈ ਚੀਜ਼ ਲੈ ਕੇ ਆਏਗੀ। ਔਰ ਇਹ ਮੌਸਮ ਦੇ ਵਿੱਚ ਇਹ ਡੱਡੂਆਂ ਦੀ ਤਰ੍ਹਾਂ ਆਵਾਜ਼ਾਂ ਦੇ ਰਹੇ ਨੇ, ਮੇਲੇ ਦੀ ਤਰ੍ਹਾਂ ਕੋਈ ਗੰਨੇ ਦਾ ਜੂਸ ਵੇਚ ਰਿਹਾ, ਕੋਈ ਪਕੌੜੇ ਵੇਚ ਰਿਹਾ, ਕੋਈ ਕੁਛ ਵੇਚ ਰਿਹਾ, ਪਰ ਲੋਕਾਂ ਦੀ ਜਿਹੜੀ ਅੱਜ ਹਾਲਤ ਹੈ ਇਹ ਸਿਰਫ ਇਹ ਆਸ ਲਾਈ ਬੈਠੇ ਨੇ ਲੋਕ ਵੀ ਇਹਨਾਂ ਸੁੱਖ ਸਹੂਲਤਾਂ ਨੂੰ ਪਾ ਕੇ ਅਸੀਂ ਪਤਾ ਨਹੀਂ ਕਿਹੜੀ ਭਾਵ ਸਾਗਰ ਤਰ ਜਾਣਾ। ਪਰ ਮੈਂ ਆਪਣੇ ਲੋਕਾਂ ਨੂੰ ਇਹ ਬੇਨਤੀ ਕਰਦਾ, ਇਹ ਸਿਰਫ ਅਤੇ ਸਿਰਫ ਫਰਵਰੀ ਦੇ ਲਾਸਟ ਤੱਕ ਹੈ। ਫਰਵਰੀ ਤੋਂ ਜਦੋਂ ਇਲੈਕਸ਼ਨ ਹੋ ਗਈ, ਤੁਸੀਂ ਆਪਣੇ ਹੱਥਾਂ ਨੂੰ ਵੱਢ ਕੇ ਦੇ ਦਿੱਤਾ, ਸਟੈਂਪ ਲਾ ਦਿੱਤੀ, ਉਸ ਤੋਂ ਬਾਅਦ ਨਾ ਤਾਂ ਤੁਹਾਡੇ ਚੈੱਕ ਜਿਹੜੇ ਆ ਉਹ ਕਲੀਅਰ ਹੋਣੇ ਨੇ, ਉਹ ਬਾਉਂਸ ਹੋਣੇ ਨੇ। ਸਰਕਾਰੀ ਸਰਕਾਰ ਦਾ ਬਾਉਂਸ ਹੋਇਆ ਚੈੱਕ ਦੇ ਖਿਲਾਫ ਕੋਈ ਅਪੀਲ ਦਲੀਲ ਨਹੀਂ, ਕੋਈ ਤੁਸੀਂ ਕੇਸ ਨਹੀਂ ਪਾ ਸਕਦੇ ਵੀ ਜੇ ਤੁਸੀਂ ਕਹੋ ਵੀ ਰਾਮੇ ਨੇ ਮੈਨੂੰ ਚੈੱਕ ਦੇ ਦਿੱਤਾ, ਚੈੱਕ ਡਿਸਨ ਹੋ ਗਿਆ, ਮੈਂ 138 ਦੇ ਖਿਲਾਫ ਕੰਪਲੇਂਟ ਪਾ ਦੂੰ, ਸਰਕਾਰ ਦੇ ਖਿਲਾਫ ਕੰਪਲੇਂਟ ਨਹੀਂ ਪੈਂਦੀ। ਜੇ ਉਹ ਕਹਿ ਕੇ ਮੁੱਕਰ ਜਾਣਗੇ ਤਾਂ ਉਹਦੇ 'ਚ ਕੋਈ ਸਜ਼ਾ ਦਾ ਪ੍ਰਾਵਧਾਨ ਨਹੀਂ ਹੈ। ਅੱਜ ਤੱਕ ਕੋਰਟਾਂ ਕਚਹਿਰੀਆਂ 'ਚ ਇਹੋ ਜਿਹਾ ਕੋਈ ਰੂਲ ਨਹੀਂ ਕਿ ਕਿਸੇ ਆਗੂ ਨੇ, ਕਿਸੇ ਲੀਡਰ ਨੇ, ਕਿਸੇ ਸਰਕਾਰ ਨੇ ਲੋਕਾਂ ਨੂੰ ਅਨਾਊਂਸਮੈਂਟ ਕਰਨ ਤੋਂ ਬਾਅਦ ਉਹ ਰਾਈਟ ਨਹੀਂ ਦਿੱਤਾ ਅਤੇ ਉਹ ਜਿਹੜੇ ਸਜ਼ਾ ਦੇ ਭਾਗੀ ਨੇ, ਇਹੋ ਜਿਹਾ ਕੁਛ ਨਹੀਂ ਹੈ। ਸੋ ਇਸ ਕਰਕੇ ਇਹ ਜਿੱਡੇ ਵੱਡੇ ਮੂੰਹ ਨੇ, ਇਹ ਓਨੀਆਂ ਵੱਡੀਆਂ ਗੱਲਾਂ ਕਰ ਰਹੇ ਨੇ, ਪਰ ਗੱਲਾਂ ਕਰਨ ਨਾਲ ਪੰਜਾਬ ਦੇ ਲੋਕਾਂ ਦਾ ਸੁਧਾਰ ਨਹੀਂ ਹੋ ਸਕਦਾ। ਇਹ ਸਿਰਫ ਅਤੇ ਸਿਰਫ 2022 ਦੀਆਂ ਉਸ ਖੇਡਾਂ 'ਚ ਜਿਹੜੀ ਖੇਡ ਖੇਡਣੀ ਹੈ, ਜਿਹਦੇ ਖੇਡ ਦੇ ਇਹ ਖਿਡਾਰੀ ਨੇ, ਅਤੇ ਅਸੀਂ ਉਸ ਮੈਚ ਨੂੰ ਬੈਠਿਆਂ ਵੇਖਣਾ, ਗੇਂਦਾਂ ਸੁੱਟਦਿਆਂ ਵੇਖਣਾ। ਸੋ ਉਹ ਗੇਂਦ ਸਾਡੇ ਹੁਣ ਇਸ ਵੇਲੇ ਸਾਡੇ ਪਿੜ 'ਚ ਹੈ, ਔਰ ਇਸ ਪਿੜ ਨੂੰ ਸਾਂਭਣ ਦੀ ਕੋਸ਼ਿਸ਼ ਕਰੋ ਜੀ। ਲੈਲ ਸਾਹਿਬ, ਲੈਲ ਸਾਹਿਬ, ਇਹ ਜਿਹੜੀ ਸਾਰਾ ਸਿਸਟਮ ਹੋ ਰਿਹਾ ਨਾ ਜੀ ਲੈਲ ਸਾਹਿਬ, ਇਹ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਨੇ। ਇਹ ਮਾਫੀਏ ਦੂਰ ਨਹੀਂ ਹੋਣੇ, ਇਹ ਮਾਫੀਏ 'ਤੇ ਕੰਟਰੋਲ ਵੀ ਇਹਨਾਂ ਲੋਕਾਂ ਦਾ ਹੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਅਜੇ ਅਨਾਊਂਸਮੈਂਟਾਂ 'ਤੇ ਬਹੁਤ ਘੱਟ ਹੋਈਆਂ ਨੇ।
ਅਜੇ ਤਾਂ ਰਕਸ਼ਿਆਂ ਵਾਲਿਆਂ ਲਈ ਹੋਣੀਆਂ, ਹੋਟਲਾਂ ਵਾਲਿਆਂ ਲਈ ਹੋਣੀਆਂ, ਢਾਬਿਆਂ ਵਾਲਿਆਂ ਵਾਲੇ ਤੁਲੀਆਂ, ਦਰਜੀਆਂ ਲਈ ਹੋਣੀਆਂ, ਹਲਵਾਈਆਂ ਲਈ ਹੋਣੀਆਂ, ਕੋਈ ਸਿੰਪਲ ਜੀ ਗੱਲ, ਔਰ ਛੋਟੇ ਛੋਟੇ ਲੋਕ ਉਹਨਾਂ ਵਾਸਤੇ ਸ਼ਰਾਬੀਆਂ ਲਈ ਹੋਣੀਆਂ ਵੀ ਤੁਹਾਨੂੰ ਇੱਕ ਵੋਟ ਲਈ ਜਾਂ ਤੁਹਾਨੂੰ ਇਕੱਠ ਕਰਨ ਵਾਸਤੇ ਕਿੰਨੀਆਂ ਬੋਤਲਾਂ ਚਾਹੀਦੀਆਂ, ਕਿਸ ਲੈਵਲ ਦੀਆਂ ਚਾਹੀਦੀਆਂ ਜੀ, ਨਸ਼ੇ ਵਾਲੇ ਨੂੰ ਭੁੱਕੀ ਵਾਲੇ ਨੂੰ ਭੁੱਕੀ ਦੀ ਰਿਆਤ ਦੇਣੀ ਆ। ਹੁਣ ਕੁਛ ਲੋਕਾਂ ਦੀ ਹੋਰ ਸੁਣ ਲਓ, ਕੱਲ ਇੱਕ ਪ੍ਰੈਸ ਨੋਟ ਆਇਆ ਸੀ ਜਿਹਦੇ 'ਚ ਬਹੁਤ ਵੱਡੇ ਜਿਹੜੇ ਆਗੂ ਨੇ ਉਹ ਬਹਿਸ ਕਰਦੇ ਨਗਰ ਆਏ ਨੇ ਜੀ। ਸੋ ਡਾਕਟਰ ਕਹਿਣ ਦਾ ਪਾਵਨ ਨਵਜੋਤ ਸਿੰਘ, ਨਵਜੋਤ ਸਿੱਧੂ ਦੀ ਵਾਈਫ ਡਾਕਟਰ ਨਵਜੋਤ ਕੌਰ, ਉਹ ਖੁਦ ਫੀਮ ਦੀ ਖੇਤੀ ਨੂੰ ਪੰਜਾਬ 'ਚ ਚਾਲੂ ਕਰਨ ਦੀ ਗੱਲ ਕਰਦੀ ਆ। ਹੋਰ ਤਾਂ ਛੱਡੋ, ਉਹ ਖੁਦ ਕਹਿੰਦੀ ਆ ਵੀ ਇਹਦੇ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੋ ਸਕਦਾ। ਮੈਂ ਜਦੋਂ ਡਾਕਟਰ ਸੀ ਤਾਂ ਸਾਨੂੰ ਉਦੋਂ ਵੀ ਕੋਟਾ ਮਿਲਦਾ ਸੀ, ਹਰ ਦਵਾਈ 'ਚ ਪੈਂਦੀ ਹੈ। ਸੋ ਇਹ ਜੇ ਖੋਲ੍ਹ ਦਿੱਤੀ ਜਾਵੇ ਤਾਂ ਨੁਕਸਾਨ ਕੀ ਹੈ, ਕੱਲ੍ਹ ਨੂੰ ਕਹਿਣਗੇ ਭੁੱਕੀ ਵੀ ਹੋ ਜੇ। ਲਹਿਰ ਸਾਹਿਬ ਪਤਾ ਕੀ ਗੱਲ ਹੈ, ਨਵਜੋਤ ਕੌਰ ਦਾ ਤਰਕ ਹੈ, ਸੁਣੋ ਮੇਰੀ ਗੱਲ, ਵੀ ਰਾਜਸਥਾਨ ਦੇ ਵਿੱਚ ਅਫੀਮ ਜਿਹੜੀ ਆ ਉਹ ਵਿਕਦੀ ਹੈ, ਨਹੀਂ ਕਾਨੂੰਨੀ ਤੌਰ 'ਤੇ ਹੈਗੀ ਪੰਜਾਬੀ ਜਿੱਥੋਂ ਤੱਕ ਨਸ਼ੇ ਦੀ ਗੱਲ, ਦੂਜੀ ਗੱਲ ਹੈ ਕਿ ਪੰਜਾਬ 'ਚ ਅਫੀਮ ਆਉਂਦੀ ਨਹੀਂ, ਪੰਜਾਬ 'ਚ ਅਫੀਮ ਅੱਜ ਵੀ ਆਉਂਦੀ ਹੈ, ਸਭ ਕੁਛ ਆਉਂਦਾ ਜੀ। ਮੇਨ ਪ੍ਰੋਬਲਮ ਹੈ ਕਿ ਅਸੀਂ ਇਸ ਦੇਸ਼ ਨੂੰ ਨਸ਼ਾ ਮੁਕਤ ਕਰਨਾ ਕਿ ਨਸ਼ੇ 'ਚ ਲੈ ਕੇ ਆਉਣਾ। ਸਵਾਲ ਇਹ ਨਹੀਂ, ਸਵਾਲ ਤਾਂ ਇਸ ਗੱਲ ਦਾ ਵੀ ਜੇ ਮੈਡੀਕੇਟਡ ਹੈ ਤਾਂ ਮੈਡੀਕੇਟਡ ਢੰਗ ਦੇ ਨਾਲ ਹੀ ਇਹਦੀ ਉਪਜ ਹੋਵੇ ਔਰ ਉਹਨੂੰ ਉਸੇ ਖੇਤਰ 'ਚ ਵਰਤਿਆ ਜਾਵੇ। ਜਦੋਂ ਤੁਸੀਂ ਓਪਨ ਕਰਦੇ ਹੋਗੇ ਜੇ ਸ਼ਰਾਬ ਦੇ ਠੇਕੇ ਨੇ ਕਿ ਸ਼ਰਾਬ ਪਿੰਡਾਂ 'ਚ ਬੰਦ ਹੋ ਗਈ। ਜਦੋਂ ਆਪਾਂ ਨਸ਼ਾ ਮੁਕਤ ਕਰਨ ਦੀ ਗੱਲ ਕਰਦੇ ਹਾਂ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਤਾਂ ਫਿਰ ਇਹੋ ਜਿਹੇ ਘਟੀਆ ਬਿਆਨ ਦੇ ਕੇ ਲੋਕਾਂ ਨੂੰ ਕਿਉਂ ਉਤਸ਼ਾਹਿਤ ਕਰਦੇ ਹੋ? ਉਹਨਾਂ ਦੀ ਮਨਸ਼ਾ ਕੀ ਹੈ? ਮਨਸ਼ਾ ਤਾਂ ਇਹ ਆ ਵੀ ਇਹ ਲੋਕ ਜਿਹੜੇ ਨੇ ਇਹ ਨਸ਼ੇ ਦੇ ਆਦੀ ਹੋ ਜਾਣ, ਨਸ਼ੇ 'ਚ ਪੈ ਜਾਣ। ਜਦੋਂ ਸਰਕਾਰੀ ਖੁੱਲ੍ਹ ਗਿਆ ਸਭ ਕੁਛ, ਤਾਂ ਖਾਣਗੇ ਪੀਣਗੇ। ਜੇ ਅੱਜ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਰੈਵੀਨਿਊ ਦੀ ਗੱਲ ਕਰਦੇ ਹੋ ਸ਼ਰਾਬ ਤੋਂ ਹੈ, ਤਾਂ ਸਾਰਾ ਪੰਜਾਬ ਤਾਂ ਸ਼ਰਾਬੀ ਹੋ ਗਿਆ, ਸਾਰਿਆਂ ਨੂੰ ਨਸ਼ੇ ਲੱਤ ਲੱਗ ਗਈ। ਕੱਲ੍ਹ ਨੂੰ ਹੀਰੋਇਨ ਕਹਿ ਦੇਣਗੇ, ਚਿੱਟਾ ਵੇਚਣਾ ਸ਼ੁਰੂ ਕਰੋਗੀ, ਚਿੱਟੇ ਦੇ ਫਾਇਦੇ ਬਹੁਤ ਨੇ, ਚਿੱਟੇ ਦਾ ਲਾਇਸੈਂਸ ਦੇ ਦਿਓ। ਬਿਲਕੁਲ, ਫਿਰ ਪੰਜਾਬ ਦੀ ਧਰਤੀ ਨੂੰ ਇੱਕ ਜਵਾਨੀ ਨੂੰ ਜਿਹੜੀ ਦੁੱਧਾਂ ਅਤੇ ਮੱਖਣਾਂ ਨਾਲ ਬਲੀ ਸੀ, ਜਿਹਦੇ ਦੁਨੀਆ ਪੱਧਰ ਦੇ ਉੱਤੇ ਇੱਕ ਸਰਦਾਰਾਂ ਦਾ ਪੰਜਾਬੀਆਂ ਦਾ ਨਾਮ ਹੁੰਦਾ ਸੀ, ਅੱਜ ਨਸ਼ੇ 'ਚ ਗਾਲ ਕੇ ਰੱਖਤੇ। ਸੋ ਇਹ ਇੱਕ ਜਿਹੜੀਆਂ ਇਹੋ ਜਿਹੇ ਪ੍ਰੈਸ ਨੋਟ ਨੇ ਜਾਂ ਇਹੋ ਜਿਹੀਆਂ ਬਿਆਨਬਾਜ਼ੀਆਂ ਨੇ, ਇਹ ਘਟੀਆ ਕਿਸਮ ਦੀਆਂ ਬਿਆਨਬਾਜ਼ੀਆਂ ਨੇ। ਬਿਲਕੁਲ, ਹੋਣਾ ਵੈਸੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਜੀ, ਹੋਣਾ ਇਹ ਚਾਹੀਦਾ ਕਿ ਸਰਕਾਰ ਨਾਲ ਇਹ ਗੱਲ ਕਹੇ ਕਿ ਇੱਕ ਮੈਂਸ ਜਾਂ ਗਾਂ ਰੱਖਣੀ ਬਹੁਤ ਜ਼ਰੂਰੀ ਹੈ ਜੀ, ਕੰਪਲਸਰੀ ਕਰ ਦੇਣ। ਬਿਲਕੁਲ, ਕਿਉਂਕਿ ਵੀ ਘਰ ਦਾ ਦੁੱਧ ਪੀਓ ਅਤੇ ਘਰ ਦਾ ਤੁਸੀਂ ਵਧੀਆ ਜ਼ਿੰਦਗੀ ਬਤੀਤ ਕਰੋ, ਨਸ਼ਿਆਂ ਨੁਸ਼ਿਆਂ ਵਾਲੇ ਚੱਕਰ ਦੇ ਵਿੱਚ ਨਾ ਪਓ। ਵੈਸੇ ਵੀ ਸਾਡੀ ਪੰਜਾਬੀ ਇਸ ਕਦਰ ਗਲਤਾਨ ਹੋਈ ਪਈ ਹੈ। ਹੁਣ ਚਿੱਟੇ ਵਰਗਾ ਨਸ਼ਾ, ਚਿੱਟੇ ਵਰਗਾ ਨਸ਼ੇ ਨੂੰ ਕੌਣ ਲੈ ਕੇ ਆਇਆ? ਤੁਹਾਨੂੰ ਸਭ ਨੂੰ ਪਤਾ ਕਿ ਕੌਣ ਲੈ ਕੇ ਆਇਆ, ਸਾਡੇ ਮੂੰਹੋਂ ਵਾਰ ਵਾਰ ਨਾ ਕਹੋ। ਲੇਕਿਨ ਅੱਜ ਹਾਲਾਤ ਇਹ ਨੇ ਕਿ ਚਿੱਟੇ ਦੇ ਨਸ਼ੇ ਦੇ ਵਿੱਚ ਲੋਅ ਘਰਾਣੇ, ਜਿਹੜੇ ਮਿਡਲ ਕਲਾਸ ਲੋਕ ਨੇ, ਨਿਚਲੇ ਘਰਾਣੇ ਦੇ ਲੋਕ ਨੇ, ਉਹ ਤਾਂ ਫਸੇ ਫਸੇ ਨੇ। ਜਿਹੜੇ ਵੱਡੇ ਘਰਾਣੇ ਦੇ ਲੋਕ ਨੇ, ਉਹ ਸਟੈਂਡਰਡ ਹਾਈ ਸਟੈਂਡਰਡ ਲੋਕ ਨੇ, ਉਹ ਸ਼ੌਂਕੀਆ ਚਿੱਟਾ ਲਾਉਣ ਲੱਗ ਗਏ, ਘਰ ਦੇ ਵਿੱਚ ਹੁੱਕੇ ਰੱਖੇ ਹੋਏ ਨੇ, ਫਲੇਵਰਡ ਹੁੱਕੇ ਉਹ ਚਿਰਮਾ ਪੀਂਦੇ ਨੇ, ਵੱਡੇ ਵੱਡੇ ਜਿਹੜੇ ਘਰਾਣੇ ਨੇ, ਉਹਨੂੰ ਨਸ਼ਾ ਨਹੀਂ ਮੰਨਦੇ ਉਹ ਉਸ ਗੱਲ ਦਾ ਨਾ। ਜੇ ਕੋਈ ਪੁਰਾਣਾ ਆਮ ਬੰਦਾ ਕੋਈ ਹੁੱਕਾ ਪੀਂਦਾ ਫੜਿਆ ਜਾਵੇ ਤਾਂ ਉਹਨੇ ਕਹਿਣਾ ਨਸ਼ਾ ਕਰਦਾ, ਅਤੇ ਇਸੇ ਕਰਕੇ ਹੁੱਕਾ ਬਾਰ 'ਤੇ ਪੰਜਾਬ ਦੇ ਵਿੱਚ ਕੰਪਲੀਟ ਪਾਬੰਦੀ ਹੈ। ਲੇਕਿਨ ਸਵਾਲ ਇੱਥੇ ਲਹਿਲ ਸਾਹਿਬ ਇਹ ਖੜ੍ਹਾ ਹੁੰਦਾ ਹੈ ਜੀ, ਅਕਾਲੀ ਦਲ ਵਾਲਾ ਸੁਖਬੀਰ ਬਾਦਲ ਉਹ ਕਿਤੇ ਜਲੇਬੀਆਂ ਕੱਢ ਰਿਹਾ, ਕਿਤੇ ਕੇਕ ਬਣਾ ਰਿਹਾ, ਚੰਨੀ ਸਾਹਿਬ ਆਟੋ ਵਾਲਿਆਂ ਨਾਲ ਚਾਹ ਪੀ ਰਹੇ ਨੇ, ਕੇਜਰੀਵਾਲ ਸਾਹਿਬ ਖੁਦ ਆਟੋ ਵਾਲਿਆਂ ਦੇ ਨਾਲ ਬੈਠ ਕੇ ਸਫ਼ਰ ਕਰ ਰਹੇ ਨੇ, ਉਹ ਕਹਿੰਦਾ ਆਟੋ ਵਾਲੇ ਮੇਰੇ ਯਾਰ ਨੇ। ਹੁਣ ਸਵਾਲ ਇੱਥੇ ਇਹ ਨਹੀਂ ਆਉਂਦਾ ਕਿ ਕਿਹੜਾ ਬੰਦਾ ਕਿਹੜੇ ਆਟੋ ਦੇ ਵਿੱਚ ਬੈਠਾ, ਸਵਾਲ ਇਹ ਹੈ ਜਨਤਾ ਕਿਹੜੇ ਆਟੋ 'ਚ ਬੈਠੀ ਹੈ। ਜਨਤਾ ਇਸ ਸਮੇਂ ਉਸ ਕਿਸ਼ਤੀ ਵਿੱਚ ਬੈਠੀ ਹੈ ਜਿਸ ਕਿਸ਼ਤੀ ਵਿੱਚ ਚਾਰ ਪੰਜ ਮੋਰੀਆਂ ਹੋਈਆਂ ਪਈਆਂ ਨੇ, ਔਰ ਪਾਣੀ ਥੱਲੋਂ ਬੁਲਬੁਲ 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 ਕਰਦਾ ਅੰਦਰ ਵੜ ਰਿਹਾ, ਔਰ ਕਿਸ਼ਤੀ ਹੌਲੀ ਹੌਲੀ ਡੁੱਬ ਰਹੀ ਹੈ। ਬਿਲਕੁਲ ਸਹੀ, ਔਰ ਇਹ ਲੀਡਰ ਜਿਹੜੇ ਨੇ ਇਹ ਤਾਰੀਆਂ ਲਾ ਰਹੇ ਨੇ, ਲੀਡਰ ਤਾਰੀਆਂ ਕਿਸ ਕਰਕੇ ਲਾ ਰਹੇ ਨੇ? ਉਸ ਕਿਸ਼ਤੀ ਵਿੱਚ ਜਨਤਾ ਵੀ ਬੈਠੀ ਹੈ, ਉਹ 'ਚ ਅਕਾਲੀ ਦਲ ਵੀ ਬੈਠਾ, ਉਹ 'ਚ ਆਮ ਆਦਮੀ ਪਾਰਟੀ ਵੀ ਬੈਠੀ ਹੈ, ਅਤੇ ਦੂਜੀਆਂ ਪਾਰਟੀਆਂ ਬੈਠੀਆਂ ਨੇ। ਉਹ ਛਾਲ ਮਾਰਨ ਦੀ ਫਿਰਾਕ ਦੇ ਵਿੱਚ ਨੇ ਵੀ ਕਿਹੜੇ ਵੇਲੇ ਪਾਣੀ ਉੱਪਰ ਆਵੇ ਅਤੇ ਕਿਹੜੇ ਵੇਲੇ ਅਸੀਂ ਛਾਲ ਮਾਰ ਜਾਈਏ, ਔਰ ਜਨਤਾ ਸਾਡੀ ਡੁੱਬ ਜੇ, ਡੁੱਬ ਕੇ ਮਰ ਜੇ। ਅੱਜ ਦੇ ਹਾਲਾਤ ਇਹ ਹੋਏ ਪਏ ਨੇ ਕਿ ਜਨਤਾ ਕੋਲ ਸਵਾਏ ਲੋਲੀਪੋਪ ਖਾਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ। ਲੈਲ ਸਾਹਿਬ ਜੀ, ਇੱਕ ਬੰਦਾ ਹੈ ਜਿਹਦੇ ਘਰ ਆਟਾ ਹੈ ਨਹੀਂ, ਜਿਹਦੇ ਘਰ ਰੋਟੀ ਨਹੀਂ ਪੱਕ ਰਹੀ, ਜਿਹਦੇ ਘਰ ਚੌਲ ਨਹੀਂ ਹੈ, ਉਹਨੂੰ ਲੋੜ ਕਿਸ ਚੀਜ਼ ਦੀ ਹੈ? ਉਹਨੂੰ ਕੋਈ ਕਿਸੇ ਸਰਕਾਰੀ ਨੌਕਰੀ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਵਾਅਦੇ ਦੀ ਲੋੜ ਨਹੀਂ ਹੈ, ਉਹਨੂੰ ਕੱਪੜੇ ਦੀ ਲੋੜ ਨਹੀਂ ਹੈ। ਉਹਦੇ ਲਈ ਇੱਕ ਪਤਾ ਕੀ ਕਿਸ ਚੀਜ਼ ਦੀ ਲੋੜ ਹੈ ਵੀ ਕੋਈ ਆਵੇ ਸ਼ਰਧਾਲੂ, ਉਹਨੂੰ 10 ਕਿਲੋ ਆਟਾ ਦੇ ਜੇ, 10 ਕਿਲੋ ਚੌਲ ਦੇ ਜੇ, ਹਲਦੀ ਬਸਾਰ ਲੂਣ ਤੇਲ ਕੋਈ ਰੋਟੀ ਪਕਾਉਣ ਦਾ ਸਮਾਨ ਦੇ ਜੇ, ਤਾਂ ਜੋ ਮੇਰੇ ਬੱਚਿਆਂ ਨੂੰ ਮੈਂ ਰੋਟੀ ਖਵਾ ਸਕਾਂ, ਮੈਂ ਆਪ ਵੀ ਖਾ ਲਾਂ। ਹਾਲਾਤ ਇਹ ਬਣੇ ਪਏ ਨੇ
ਸਾਡੇ ਇਹਨਾਂ ਲੀਡਰਾਂ ਨੇ ਇਹਨਾਂ ਦਗਾਬਾਜ਼ਾਂ ਨੇ ਸਾਡੇ ਹਾਲਾਤ ਇਹੋ ਜਿਹੇ ਖੜ੍ਹੇ ਕਰਤੇ ਕਿ ਅਸੀਂ ਲਾਰੇ ਲਾ ਲਾ ਕੇ ਪੂਰਾ ਘੜੀਸ ਵਾਲ ਕੱਢਤਾ। ਅੱਜ ਹੁਣ ਤੁਸੀਂ ਦੇਖੋ ਵੀ ਇਕੱਲੇ ਬਿਜਲੀ ਦੀਆਂ ਯੂਨਿਟਾਂ ਨਾਲ ਗੱਡੀ ਚੱਲਣੀ ਹੈ, ਯੂਨਿਟਾਂ ਮਾਫ਼ ਕਰ ਦੇਵਾਂਗੇ ਜੀ, ਕੀ ਹੋਜੂ? ਚਲੋ ਠੀਕ ਹੈ, ਕੁਛ ਵਰਗ ਦੇ ਵਿੱਚ ਕੁਛ ਲੋਕਾਂ ਨੂੰ ਫਾਇਦਾ ਹੋ ਗਿਆ, ਬਿਜਲੀ ਦੇ ਬਿੱਲਾਂ 'ਚ ਕਟੌਤੀ ਆ ਗਈ, ਹਜ਼ਾਰ ਰੁਪਏ ਤੁਸੀਂ ਜਨਾਨੀਆਂ ਨੂੰ ਵੀ ਅਨਾਊਂਸ ਕਰਤਾ, ਪੈਨਸ਼ਨ ਵਿੱਚ ਤੁਸੀਂ ਵਾਧੇ ਕਰਨ ਨੂੰ ਫਿਰਦੇ ਹੋ, ਹੋਰ ਗੱਲਾਂ ਦੇ ਵਿੱਚ ਸਰਕਾਰ ਨੂੰ ਤੁਸੀਂ ਕਰਦੇ ਹੋ, 100 ਰੁਪਇਆ ਤੁਸੀਂ ਕੇਬਲ ਕਰਤਾ, ਅਤੇ ਰੈਵਨਿਊ ਜਿਹੜਾ ਬਾਬਾ ਜੀ ਕਾ ਠੁੱਲੂ ਲਿਆਉਂਗੇ ਕਿੱਥੋਂ? ਸਾਰਾ ਕੁਝ ਤੁਸੀਂ ਫ੍ਰੀ ਕਰਦੇ ਹੋ, ਜਲੇਬੀਆਂ ਫ੍ਰੀ, ਰਸਗੁੱਲੇ ਫ੍ਰੀ, ਗੁਲਾਬ ਜਾਮੁਨ ਫ੍ਰੀ। ਇੱਕ ਹਲਵਾਈ ਹੈ, ਦਿਵਾਲੀ ਵਾਲੇ ਦਿਨ ਦੁਕਾਨ ਲਾ ਕੇ ਬਹਿ ਜੇ ਲਹਿਲ ਸਾਹਿਬ, ਜੇ ਉਹ ਸਾਰਾ ਸਮਾਨ ਹੀ ਫ੍ਰੀ ਕਰ ਦੂਗਾ ਤਾਂ ਉਹ ਦਿਵਾਲੀਆ ਹੋਊ ਕਿ ਨਹੀਂ ਹੋਊ? ਦਿਵਾਲੀਆ ਹੋਊਗਾ। ਹੁਣ ਤੁਸੀਂ ਪੰਜਾਬ ਨੂੰ ਦਿਵਾਲੀਆ ਕਰਤਾ, ਰੈਵਨਿਊ ਵਾਲੇ ਪਾਸੇ ਕੋਈ ਤੁਹਾਡਾ ਧਿਆਨ ਨਹੀਂ, ਕੋਈ ਪੈਸਾ ਕਮਾਉਣ ਵਾਲੇ ਪਾਸੇ ਤੁਹਾਡਾ ਕੋਈ ਧਿਆਨ ਨਹੀਂ, ਬਸ ਚੀਜ਼ ਸਸਤੀ ਕਰ ਦਿਓ, ਲੋਕਾਂ ਨੂੰ ਆਹ ਚੀਜ਼ ਫ੍ਰੀ ਦੇ ਦਿਓ। ਉਹ ਇਹਦੇ ਵਾਸਤੇ ਕੋਈ ਸਰਕੂਲਰ ਤਾਂ ਪਾਸ ਹੋਵੇ, 2 ਮਹੀਨੇ ਰਹਿ ਗਏ ਤੁਹਾਡੇ ਕੋਲ, 60 ਦਿਨ ਦਾ ਸਮਾਂ ਹੈਗਾ, ਉਸ ਤੋਂ ਬਗੈਰ ਚੋਣ ਆਫ ਕੰਡਕਟ ਲੱਗ ਜੂਗਾ, ਤੁਸੀਂ ਕੁਛ ਨਹੀਂ ਕਰ ਸਕਦੇ। ਕੀ ਕਰੋਗੇ? 1 ਲੱਖ ਤੁਸੀਂ ਨੌਕਰੀ ਦੇਣ ਨੂੰ ਫਿਰਦੇ ਹੋ, ਕੱਚੇ ਮੁਲਾਜ਼ਮਾਂ ਨੂੰ ਤੁਸੀਂ ਪੱਕੇ ਕਰਨ ਨੂੰ ਫਿਰਦੇ ਹੋ, ਜਿਹੜੇ ਮੁਲਾਜ਼ਮ ਸੜਕਾਂ 'ਤੇ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਫਿਰਦੇ ਹੋ, ਮੰਨੀਆਂ ਵੀ ਚਾਹੀਦੀਆਂ, ਉਹ ਵਿਚਾਰੇ ਧੱਕੇ ਖਾਂਦੇ ਫਿਰਦੇ ਨੇ, ਕਈ ਕਈ ਸਾਲਾਂ ਤੋਂ ਰੁਲਦੇ ਫਿਰਦੇ ਨੇ, ਲੇਕਿਨ ਸਵਾਲ ਇੱਥੇ ਖੜ੍ਹਾ ਹੁੰਦਾ ਕਿ ਇਹਨਾਂ ਨੂੰ ਦਿਓਗੇ ਕੀ, ਕਿੱਥੋਂ ਦਿਓਗੇ? ਮਨਪ੍ਰੀਤ ਬਾਦਲ ਦਾ ਕੋਈ ਬਿਆਨ ਨਹੀਂ ਆ ਰਿਹਾ, ਉਹਦਾ ਜੰਮੀ ਬਸ ਸੁਣਨਾ, ਉਹ ਖਜ਼ਾਨਾ ਮੰਤਰੀ ਨਾਂ ਦੇ ਖਜ਼ਾਨਾ ਮੰਤਰੀ ਹੈ, ਖਜ਼ਾਨਾ ਹੈ ਨਹੀਂ, ਉਹ ਖਜ਼ਾਨਾ ਮੰਤਰੀ ਹੈ। ਹੁਣ ਲੜਾਈ ਕੀ ਹੋ ਗਿਆ? ਸਿੱਧੂ ਸਾਹਿਬ ਕਹਿੰਦੇ ਨੇ ਵੀ ਚੰਨੀ ਨੇ ਮੇਰੀ ਗੱਲ ਨਾ ਮੰਨੀ ਮੈਂ ਵਿਦਰੋਹ ਕਰ ਦੂੰਗਾ। ਰਵਨੀਤ ਬਿੱਟੂ ਕਹਿੰਦਾ ਵੀ ਜੇ ਕੋਈ ਚੀਜ਼ ਪਾਸ ਕਰਾਉਣੀ ਹੈ ਪਹਿਲਾਂ ਸਿੱਧੂ ਤੋਂ ਪਾਸ ਕਰਾਓ, ਫਿਰ ਉਹ ਚੀਜ਼ ਪਾਸ ਹੋਊਗੀ। ਕੈਪਟਨ ਅਮਰਿੰਦਰ ਸਿੰਘ ਡੇਲੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰੋਮੋ ਪਾ ਰਹੇ ਆ, ਸ਼ੇਰ ਆ ਗਿਆ, ਪੰਜਾਬ ਦਾ ਸ਼ੇਰ ਆ ਗਿਆ। ਉਹ ਇੱਕ ਆਜੜੀ ਵਾਲੀ ਗੱਲ ਵੀ ਸ਼ੇਰ ਆ ਗਿਆ ਆਜੜੀ ਭੱਜ ਗਿਆ, ਉਹ ਜਦੋਂ ਸ਼ੇਰ ਆਇਆ ਉਦੋਂ ਲੋਕਾਂ ਨੇ ਯਕੀਨ ਨਹੀਂ ਕੀਤਾ। ਹੁਣ ਜਦੋਂ ਪਹਿਲਾਂ 4.5 ਸਾਲ ਰਾਜ ਸੀ ਕਪਤਾਨ ਸਾਹਿਬ ਦਾ, ਉਦੋਂ ਸ਼ੇਰ ਅੰਦਰ ਵੜਿਆ ਰਿਹਾ, ਅਤੇ ਹੁਣ ਜਦੋਂ ਬਾਹਰ ਕੱਢ ਕੇ ਬਾਹਰ ਮਾਰਿਆ ਤਾਂ ਹੁਣ ਉਹ ਸ਼ੇਰ ਆ ਗਿਆ, ਹੁਣ ਉਹ ਵੀ ਸ਼ੇਰ ਆ ਰਿਹਾ। ਸਮਝੌਤਾ ਕਿਹਦੇ ਨਾਲ ਕਰੂਗਾ ਹਾਲੇ ਕਿਸੇ ਦਾ ਨਹੀਂ ਪਤਾ। ਪੰਜਾਬ ਦਾ ਲਹਿਰ ਸਾਹਿਬ ਇਸ ਵੇਲੇ ਬਾਲੀ ਵਾਰਸ ਕੋਈ ਨਹੀਂ ਹੈ ਜੀ, ਅਤੇ ਸੋਚੀਏ ਨਾ ਵੀ ਆਪਣਾ ਕੋਈ ਨੁਮਾਇੰਦਾ ਕੇਜਰੀਵਾਲ ਹੈ ਜਾਂ ਆਪਣਾ ਨੁਮਾਇੰਦਾ ਭਗਵੰਤ ਮਾਨ ਹੈ ਜਾਂ ਚੰਨੀ ਹੈ ਜਾਂ ਸਿੱਧੂ ਹੈ, ਇਹ ਦੇ ਆਰ ਸਾਰੇ ਇੱਕੋ ਕਿਸ਼ਤੀ ਵਿੱਚ ਸਵਾਰ ਨੇ। ਸਤਿ ਸ਼੍ਰੀ ਅਕਾਲ ਬੁਲਾਉਂਦੇ, ਰੋਜ਼ ਸਵੇਰੇ ਗੁੱਡ ਮਾਰਨਿੰਗ ਕਰਦੇ ਇੱਕ ਦੂਜੇ ਨੂੰ, ਵਟਸਐਪ 'ਤੇ ਸਟੇਟਸ ਪਾਏ ਹੋਏ ਇਹਨਾਂ ਨੇ, ਉਹ ਕਹਿੰਦੇ ਨਾ ਜਵੇ ਬਾਣ ਲੱਗੇ ਤਵੇ ਰੋਸ ਜੱਗ। ਹੁਣ ਬਾਣ ਲੱਗਾ ਕੈਪਟਨ ਅਮਰਿੰਦਰ ਨੂੰ, ਹੁਣ ਰੋਸ ਵੀ ਜਾਗ ਗਿਆ, ਹੁਣ ਪੰਜਾਬ ਦੇ ਮਸਲਿਆਂ ਦੀ ਗੱਲ ਵੀ ਯਾਦ ਆ ਗਈ, ਹੁਣ ਸਭ ਕੁਝ ਯਾਦ ਆ ਗਿਆ, ਹੁਣ ਸਰਬ ਪਾਰਟੀ ਮੀਟਿੰਗਾਂ ਦੀ ਵੀ ਯਾਦ ਆ ਗਈ, ਪਹਿਲਾਂ ਇਕੱਠੇ ਬਹਿ ਕੇ ਗੱਲ ਕਰਾਂਗੇ, ਪਹਿਲਾਂ ਯਾਦ ਨਹੀਂ, ਪਹਿਲਾਂ ਕਿਸੇ ਨੂੰ ਯਾਦ ਨਹੀਂ ਸੀ। ਜਿੱਦਾਂ ਤੁਸੀਂ ਕੀਤੀ ਗੱਲ ਕੀਤੀ ਨਾ ਬਿਜਲੀ ਦੀ, ਅਤੇ ਬਿਜਲੀ ਦੇ ਯੂਨਿਟ ਜਿਹੜੇ ਉਹਨਾਂ ਰੋਟੀ ਨਹੀਂ ਖਾਧੀ ਜਾਣੀ, ਅੱਜ 22 ਦਿਨ ਹੋ ਗਏ ਨੇ ਅਨਾਊਂਸਮੈਂਟ ਕੀਤਿਆਂ ਨੂੰ, 2 ਕਿਲੋਵਾਟ ਜਿਹੜੇ ਲੋਡ ਦੇ ਪੈਸੇ ਮਾਫ਼ ਕਰਨੇ, 22 ਦਿਨ ਐਂ ਕੱਢਤੇ, 22 ਦਿਨਾਂ ਤੱਕ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ, ਬਿਨਾਂ ਨੋਟੀਫਿਕੇਸ਼ਨ ਦੇ। ਅਗਰ ਨੋਟੀਫਿਕੇਸ਼ਨ ਹੋਰ 15 ਦਿਨ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਜ਼ਾਬਤਾ ਲੱਗ ਜਾਣਾ। ਲੈਲ ਸਾਹਿਬ, ਲੋਕਾਂ ਦੇ ਬਿੱਲ 1000 ਰੁਪਏ ਆ ਰਹੇ ਨੇ, ਲੋਕ ਦੁਖੀ ਹੋ ਰਹੇ ਨੇ, ਸਮਝ ਗਏ? ਸੋ ਇਸ ਕਰਕੇ ਉੱਧਰ ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਨੇ 26 ਤੱਕ ਹੜਤਾਲ 'ਤੇ ਬੈਠੇ ਨੇ, ਉਹਨਾਂ ਦੇ ਕਿਸੇ ਮੰਗਾਂ ਮਸਲਿਆਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਟੀਚਰ ਨੇ, ਟੀਚਰ ਸੜਕਾਂ ਦੇ ਉੱਤੇ ਰੁਲ ਰਹੇ ਨੇ, ਜਿਹੜੇ ਟੀਚਰਾਂ ਨੂੰ ਪੱਕਿਆਂ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ, ਉਸ ਨੋਟੀਫਿਕੇਸ਼ਨ 'ਚ ਇੱਕ ਵੀ ਬੰਦਾ ਜਿਹੜਾ ਉਹ ਪੱਕਾ ਨਹੀਂ ਹੁੰਦਾ। ਇਹ ਸਭ ਕੁਝ ਜਿਹੜਾ ਬੜਾ ਕਾਨੂੰਨੀ ਪੱਖ ਤੋਂ ਆ, ਕਿਸੇ ਬੰਦੇ ਨੇ ਐਂ ਨਹੀਂ, ਕਿਸੇ ਸਿਆਣੇ ਦੀ ਗੱਲ ਬਿਲਕੁਲ ਜਾਇਜ਼ ਹੈ ਵੀ ਜਦੋਂ ਤੱਕ ਇਸ ਮੈਨੀਫੈਸਟੋ ਨੂੰ ਜੋ ਅਨਾਊਂਸਮੈਂਟ ਕੀਤੀਆਂ ਜਾ ਰਹੀਆਂ ਨੇ ਇਹਨਾਂ ਅਨਾਊਂਸਮੈਂਟਸ ਨੂੰ ਕਿਸੇ ਲੀਗਲ ਡਾਕੂਮੈਂਟ 'ਚ ਤਬਦੀਲ ਨਹੀਂ ਕੀਤਾ ਜਾਂਦਾ ਤਦ ਤੱਕ ਇਹਨਾਂ ਲੋਕਾਂ ਦੇ ਮੂੰਹ ਬੰਦ ਨਹੀਂ ਹੋ ਸਕਦੇ। ਬਿਲਕੁਲ ਸਰ, ਅੱਜ ਵੱਖਰੀ ਗੱਲ ਹੈ ਵੀ ਮੋਦੀ ਨੇ 3 ਕਾਨੂੰਨ ਵਾਪਸ ਲੈ ਲਏ, ਬਹੁਤ ਲੋਕਾਂ ਜਸ਼ਨ ਮਨਾ ਲਏ, ਭੰਗੜੇ ਪਾਲੇ, ਸਭ ਕੁਝ ਪਾਲੇ, ਪਰ ਇਹਦੇ ਪਿੱਛੇ ਰਾਜ ਤਾਂ ਅਜੇ ਬਹੁਤ ਵੱਡਾ ਹੈ। ਜਦੋਂ ਤੱਕ ਇਸ ਕਾਨੂੰਨਾਂ ਨੂੰ ਤੁਸੀਂ ਪਾਰਲੀਮੈਂਟ ਦੇ ਅੰਦਰ, ਸਦਨ ਦੇ ਅੰਦਰ ਪਾਸ ਨਹੀਂ ਕਰਵਾ ਲੈਂਦੇ ਤਦ ਤੱਕ ਤਾਂ ਉਹਦੀ ਵੈਲਿਊ ਕੋਈ ਨਹੀਂ। ਸੋ ਇਸੇ ਤਰ੍ਹਾਂ ਹੀ ਇਹ ਵੀ ਇਹੀ ਵੈਲਿਊ ਆ, ਜਦੋਂ ਤੱਕ ਚੰਨੀ ਦੇ ਮੂੰਹ ਤੋਂ ਨਿਕਲੀ ਗੱਲ ਜਿਹੜੀ ਹੈ ਉਹ ਕਿਸੇ ਡਾਕੂਮੈਂਟ ਦਾ ਰੂਪ ਧਾਰਨ ਨਹੀਂ ਕਰਦੀ ਤਦ ਤੱਕ ਉਹਦਾ ਮਤਲਬ ਕੋਈ ਨਹੀਂ ਹੈ, ਕੋਈ ਵੈਲਿਊ ਨਹੀਂ ਹੈ। ਅਗਰ ਉਹਦੀ ਵੈਲਿਊ ਹੋਈ ਵੀ, ਅਗਰ ਮੈਂ ਕਹਿੰਦਾ ਲਾਗੂ ਕਰਨ ਦੀ ਗੱਲ ਵੀ ਕੀਤੀ ਜਾਵੇ ਤਾਂ ਉਹਦੇ ਪਿੱਛੇ ਸਾਡੇ ਕੋਲ ਪੈਸੇ ਦੀ ਪ੍ਰੋਬਲਮ ਆਏਗੀ, ਫੰਡਾਂ ਦੀ ਪ੍ਰੋਬਲਮ ਆਏਗੀ। ਸਾਡੇ ਕੋਲ ਫੰਡ ਕਿਸੇ ਵੀ ਅੱਜ ਤੱਕ ਰਾਜਨੀਤਿਕ ਨੇਤਾ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਜਿਹੜਾ ਚੌਥਾ ਪੰਜਵਾਂ ਬਦਲ ਜਿਹੜਾ ਬਣ ਰਿਹਾ ਸ਼੍ਰੋਮਣੀ
ਅਕਾਲੀ ਦਲ ਜਿਹੜਾ ਸੰਯੁਕਤ ਹੈ ਜਾਂ ਭਾਜਪਾ, ਕਿਸੇ ਵੱਲੋਂ ਵੀ ਪੰਜਾਬ ਦੀ ਇਸ ਸਰ ਜ਼ਮੀਨ ਦੇ ਉੱਤੇ ਕੋਈ ਨਵੀਂ ਇੰਡਸਟਰੀ, ਕੋਈ ਨਵਾਂ ਪ੍ਰੋਗਰਾਮ ਲੈ ਕੇ ਆਉਣ ਦੀ ਗੱਲ ਅੱਜ ਤੱਕ ਨਹੀਂ ਕੀਤੀ। ਬਿਲਕੁਲ, ਕਿਸੇ ਨੇ ਵੀ ਬੇਰੁਜ਼ਗਾਰੀ ਦੀ ਗੱਲ ਨਹੀਂ ਕੀਤੀ ਵੀ ਬੇਰੁਜ਼ਗਾਰ ਨੌਕਰੀ 'ਤੇ ਜਾ। 1 ਲੱਖ ਬੰਦਾ ਤਾਂ ਕੁਛ ਵੀ ਨਹੀਂ ਹੈ, ਕਹਿੰਦੇ 1 ਲੱਖ ਨੌਕਰੀ ਦੇ ਦਿਆਂਗੇ, 10 ਲੱਖ ਦੇ ਦਿਆਂਗੇ ਪ੍ਰਾਈਵੇਟ ਖੇਤਰ 'ਚ। ਹੁਣ ਪ੍ਰਾਈਵੇਟ ਖੇਤਰ ਤਾਂ ਹੈ ਹੀ ਨਹੀਂ, ਤੁਸੀਂ ਖੁਦ ਜਿਹੜੀਆਂ ਸਰਕਾਰੀ ਜ਼ਮੀਨਾਂ ਵੇਚ ਕੇ, ਸਰਕਾਰੀ ਜਿਹੜੇ ਅਦਾਰੇ ਵੇਚ ਕੇ, ਤਾਂ ਪਹਿਲਾਂ ਹੀ ਪੰਜਾਬ ਦੇ ਜਿਹੜੇ ਚੜ੍ਹਿਆ ਸਿਰ 'ਤੇ ਕਰਜ਼ਾ ਉਹਦਾ ਵਿਆਜ ਤਾੜ ਰਹੇ ਹੋ। ਦੂਸਰੇ ਪਾਸੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਿਹਨਤੀ ਬਣਾਉਣਾ ਸੀ, ਕਾਮੇ ਬਣਾਉਣਾ ਸੀ, ਹਿੰਮਤ ਪੈਦਾ ਕਰਨੀ ਸੀ, ਮੰਗਤੇ ਨਹੀਂ ਸੀ ਬਣਾਉਣਾ। ਤੁਸੀਂ ਤਾਂ ਮੰਗਤੇ ਬਣਾ ਰਹੇ ਹੋ 1000-1000 ਰੁਪਇਆ ਦੇ ਕੇ, ਤੁਸੀਂ ਤਾਂ ਉਹਨਾਂ ਦੀ ਸੋਚ ਨੂੰ ਖੁੰਡਿਆ ਕਰ ਰਹੇ ਹੋ। ਬਿਲਕੁਲ, ਪੰਜਾਬ ਦੇ ਅੰਦਰ ਕਿਤੇ ਵੀ ਬੱਸ ਸਟੈਂਡ ਚਲ ਜਾਓ, ਗੁਰਦੁਆਰੇ ਦੇ ਬਾਹਰ ਚਲ ਜਾਓ, ਮੰਦਰ ਦੇ ਬਾਹਰ ਖੜ੍ਹੇ ਹੋਵੋ, ਕਿਸੇ ਚੌਂਕ 'ਚ ਗੱਡੀ ਰੋਕ ਲਓ, ਕਿਸੇ ਥਾਂ ਵੀ ਚਲ ਜਾਓ, ਹਜ਼ਾਰਾਂ ਹੀ ਮੰਗਤੇ ਜਿਹੜੇ ਨੇ ਉਹ ਠੂਟੇ ਫੜ ਕੇ ਮੰਗ ਰਹੇ ਨੇ, ਕੁਛ ਨਿਚਲਵਾਰ ਦੇ ਨਾਂ 'ਤੇ, ਕੁਛ ਰੱਬ ਦੇ ਨਾਂ 'ਤੇ, ਕੋਈ ਕਿਸੇ ਤਰ੍ਹਾਂ। ਮਨੁੱਖ ਨੂੰ ਕੀ ਦੁਬਾਰਾ ਮੰਗਤੇ ਬਣਾਉਣ ਵੱਲ ਵਧਣ ਵੱਲ ਕਰ ਜਾ ਰਹੇ ਹੋ? ਜਿਹੜੇ ਪੰਜਾਬ ਦੇ ਲੋਕ ਮਾੜੇ ਮੋਟੇ ਹਿੰਮਤੀ ਸੀ, ਜਿਹੜੇ ਕੋਈ ਕਿਸਾਨੀ ਦੇ ਕੰਮ ਕਰਦੇ ਸੀ, ਲੇਬਰ ਦਾ ਕੰਮ ਕਰਦੇ ਸੀ, ਜਾਂ ਹੋਰ ਬਿਜ਼ਨਸ ਕਰਦੇ ਸੀ, ਵਪਾਰੀ ਸੀ, ਅੱਜ ਸਾਰਿਆਂ ਬੰਦਿਆਂ ਨੂੰ ਰਿਆਤਾਂ ਦੇ ਕੇ, ਇਹ ਫਰੀ ਆਫ ਕੋਸਟ 1000-1000 ਬੀਬੀਆਂ ਨੂੰ ਦੇ ਕੇ, ਮੁਫਤ ਬੱਸਾਂ ਦੇ ਵਿੱਚ ਸਫ਼ਰ ਕਰਾ ਕੇ, ਮੁਫਤ ਖੋਰੇ ਬਣਾ ਤੇ ਸੋ ਇਹਨਾਂ ਨੂੰ ਹਿੰਮਤ ਕਰਦੇ, ਇਹਨਾਂ ਦੇ ਲੋਕਾਂ ਦੇ ਸਮੱਸਿਆ ਨੂੰ ਹੱਲ ਕਰਨ ਦੀ। ਕਿ ਦੁਨੀਆ ਪੱਧਰ ਦੇ ਉੱਤੇ ਇੱਕ ਭਾਰਤ ਦੇਸ਼ ਹੀ ਨਹੀਂ ਹੈ, ਬਾਕੀ ਦੇਸ਼ ਵੀ ਨੇ। ਸਾਥੋਂ ਸਭ ਤੋਂ ਮਾੜਾ ਦੇਸ਼ ਪਾਕਿਸਤਾਨ, ਬਰਮਾ, ਸ਼੍ਰੀਲੰਕਾ ਔਰ ਬੰਗਲਾਦੇਸ਼ ਹੈ, ਜਿਹਦੀ ਗਰੋਥ ਸਾਡੇ ਨਾਲੋਂ ਕਈ ਪਰਸੈਂਟ ਉੱਪਰ ਹੈ। ਉੱਥੋਂ ਦੇ ਲੋਕਾਂ ਦੀ ਜਿਹੜੀ ਸਲਾਨਾ ਜਿਹੜੇ ਉਹ ਸਰਕਾਰ ਹੈ, ਇੱਕ ਵਿਅਕਤੀ ਦੇ ਉੱਤੇ 1300 ਕੁਛ, 1350 ਰੁਪਈਆ, ਕੋਈ 4000, ਕੋਈ 2000, ਕੋਈ 1000 ਰੁਪਈਆ ਖਰਚਦੀ ਹੈ। ਅਤੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਸੂਬੇ ਦੀ ਗੱਲ ਕਰਦੇ ਹੋ, ਜਿੱਥੇ ਚਰਨਜੀਤ ਚੰਨੀ ਰੌਲਾ ਪਾ ਰਿਹਾ, ਉੱਥੇ 800-850 ਰੁਪਈਆ ਪਰ ਵਿਅਕਤੀ ਜਿਹੜਾ ਉੱਥੇ ਖਰਚ ਕੀਤਾ ਜਾਂਦਾ। ਸ਼ਰਮ ਵਾਲੀ ਗੱਲ ਹੈ ਵੀ ਸਾਡਾ ਪੰਜਾਬ ਸੂਬਾ ਜਿਹੜਾ ਕਿਸਾਨੀ ਦਾ ਸੂਬਾ ਹੋਵੇ, ਜਿੱਥੇ ਪ੍ਰੋਡਕਸ਼ਨ ਹੋ ਰਹੀ ਹੋਵੇ, ਅੰਨਦਾਤਾ ਅਸੀਂ ਹੋਈਏ, ਔਰ ਉਸ ਅੰਨਦਾਤਾ ਦੇ ਉਸ ਸੂਬੇ ਦੇ ਲੋਕਾਂ ਨੂੰ 870 ਰੁਪਈਏ ਜਿਹੜੇ ਆ ਸਾਲ ਦੇ ਖਾਣ ਨੂੰ ਮਿਲਦੇ ਆ, ਔਰ ਜਿਹੜੇ ਸਭ ਤੋਂ ਗਰੀਬ ਦੇਸ਼ ਨੇ ਉਹ ਆਪਣੇ ਬੰਦੇ ਦੇ ਉੱਤੇ 2000 ਤੋਂ ਜਾਂ 1500 ਤੋਂ ਉੱਪਰ ਪੈਸਾ ਖਰਚਦੀ ਹੈ। ਵਿਕਾਸ ਦੇ ਪੱਖ ਤੋਂ ਉਹ ਸਾਥੋਂ ਕਿਤੇ ਗਾਂਹ ਲੰਘ ਰਹੇ ਨੇ। 200-200 ਸਾਲ ਜਿਨ੍ਹਾਂ ਨੂੰ ਆਜ਼ਾਦ ਹੋਇਆ ਹੋਇਆ, ਸਿਰਫ ਧਰਤੀ 'ਤੇ ਆਇਆਂ ਨੂੰ ਹੋਇਆ, ਉਹ ਅੱਜ ਸਾਡੇ ਤੋਂ 100-100 ਸਾਲ ਉੱਪਰ ਨੇ। ਉੱਥੇ ਕੋਈ ਰਿਆਤ ਨਹੀਂ ਜੀ, ਕੋਈ ਮੁਫਤਖੋਰ ਨਹੀਂ। ਕੰਮ ਕਰੋਗੇ ਰੋਟੀ ਖਾਓਗੇ, ਨਹੀਂ ਤਾਂ ਨਹੀਂ ਹੋਏਗੀ। ਕੋਈ ਸਰਕਾਰ ਦਾ MLA, ਕੋਈ ਸਰਕਾਰ ਦਾ MP, ਕੋਈ ਸਰਕਾਰ ਦਾ ਹੋਰ ਸਾਂਸਦ, ਕੋਈ MC, ਕੋਈ ਉੱਥੋਂ ਦਾ ਜਿਹੜਾ ਪਿੰਡਾਂ ਦੇ ਲੋਕਾਂ ਦੀ ਜਿਹੜੀ ਗੱਲ ਹੈ, ਉੱਥੋਂ ਦਾ ਰੀਪ੍ਰਜੈਂਟੇਟਿਵ ਬੰਦਾ, ਕਿਸੇ ਨੂੰ ਸਰਕਾਰ ਕੋਈ ਸਹੂਲਤ ਨਹੀਂ ਦਿੰਦੀ। ਉਹ ਆਪੋ ਆਪਣਾ ਕੰਮ ਕਰਦੇ ਨੇ, ਆਪੋ ਆਪਣਾ ਖਾਂਦੇ ਨੇ। ਸਿਰਫ ਉੱਥੇ ਸਰਕਾਰ ਨੇ ਜ਼ਿੰਮੇਵਾਰੀ ਲਈ ਹੋਈ ਆ ਪਾਣੀ ਦੀ, ਰੋਟੀ ਦੀ, ਤੁਹਾਡੀ ਸਿਹਤ ਸਹੂਲਤ ਦੀ, ਤੁਹਾਡੇ ਸਕੂਲਾਂ ਦੀ, ਐਜੂਕੇਸ਼ਨ ਦੀ, ਤੁਹਾਡਾ ਮੈਡੀਕਲ ਦੀ ਦਿੱਤੀ ਹੋਈ ਆ। ਉਹ ਸਹੂਲਤਾਂ ਸੜਕ ਪੱਕੀ ਕਰਨ ਦਾ, ਸ਼ਹਿਰਾਂ ਨੂੰ ਵਿਕਾਸ ਕਰਨ ਦਾ, ਇੰਡਸਟਰੀ ਪੈਦਾ ਕਰਨ ਦਾ, ਉਹਨਾਂ ਲੋਕਾਂ ਦਾ ਬੁਨਿਆਦੀ ਹੱਕਾਂ ਦੇ ਉੱਤੇ ਉਹਨਾਂ ਲੋਕਾਂ ਨੇ ਕੰਮ ਕੀਤਾ ਹੋਇਆ ਜੀ ਜੀ। ਪਰ ਪੰਜਾਬ ਦੇ ਇਹ ਮੁਫਤਖੋਰ ਬਣਾ ਕੇ ਇਹਨਾਂ ਨੂੰ ਇਹ ਤੋਂ ਵੀ ਨਗੱਲੇ ਕਰ ਦੇਣਗੇ। ਇੱਕ ਨਗੱਲਾ ਬੰਦਾ, ਇੱਕ ਵਿਹਲਾ ਬੰਦਾ ਸਿਰਫ ਅਤੇ ਸਿਰਫ ਨਸ਼ਾ ਖਾਏਗਾ, ਵਿਹਲਾ ਬੰਦਾ ਆਪਣੇ ਆਪ ਨੂੰ ਕੋਸੇਗਾ। ਔਰ ਇਸ ਕਰਕੇ ਪੰਜਾਬ ਦੀ ਇਹ ਸੁਸਤ ਹੋਈ ਜਮਾਤ ਨੂੰ ਐਕਟਿਵ ਕਰਨਾ ਸੀ ਤੁਸੀਂ, ਅਤੇ ਤੁਸੀਂ ਸਭ ਤੋਂ ਵੱਡੇ ਇਹ ਸਾਨੂੰ ਨਸ਼ਈ ਕਰਕੇ, ਮਾਨਸਿਕ ਰੋਗੀ ਕਰਕੇ, ਸਾਡੀ ਜੇਨੀਅਤ ਨੂੰ ਗੁਲਾਮ ਕਰਕੇ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਹੋ। ਸਿਰਫ ਤੁਸੀਂ ਚਾਹੁੰਦੇ ਹੀ ਇਹ ਹੋ ਵੀ ਅਸੀਂ ਸ਼ਰਾਬੀ ਹੋ ਜਾਈਏ, ਨਸ਼ਈ ਹੋ ਜਾਈਏ, ਨਗੱਲੇ ਹੋ ਜਾਈਏ, ਕੰਮ ਕਰਨ ਜੋਗੀ ਸਾਡੇ 'ਚ ਹਿੰਮਤ ਨਾ ਰਹੇ, ਅਸੀਂ ਕੁਛ ਨਾ ਕਰ ਪਾਈਏ, ਔਰ ਅਸੀਂ ਇਹ ਆਸ ਲਾਈਏ ਵੀ ਚਰਨੀ ਸਰਕਾਰ ਸਾਨੂੰ 500 ਰੁਪਈਆ ਕਦੋਂ ਸਾਡੇ ਬੈਂਕ ਖਾਤੇ 'ਚ ਪਾਏਗੀ। ਹੁਣ ਪਤਾ ਲੈਲ ਸਾਹਿਬ, ਬਿਸਕੁਟ ਕਦੋਂ ਵੰਡੇਗੀ, ਬ੍ਰੈਡ ਕਦੋਂ ਆਏਗੀ, ਆਲੂ ਕਦੋਂ ਆਉਣਗੇ? ਇਹ ਆਲੂਆਂ, ਬ੍ਰੈਡਾਂ ਅਤੇ ਦਾਲਾਂ ਦੀ ਜਿਹੜੀ ਸਾਨੂੰ ਰਿਆਤ ਪਾਤੀ ਹੈ ਨਾ, ਸਾਨੂੰ ਆਦਤ ਪਾਤੀ ਹੈ ਦਾਲ ਅਤੇ ਚੌਲ ਅਤੇ ਆਟੇ ਦੀ, ਇਹ ਸਾਡੀ ਜੇਨਿਤ ਨੂੰ ਗੁਲਾਮ ਕਰ ਗਈ ਹੈ, ਸਾਡੇ ਅੰਦਰ ਹਿੰਮਤ ਖਤਮ ਕਰ ਗਈ ਆ।
ਔਰ ਸਾਨੂੰ ਲੁੱਟ ਰਹੇ ਨੇ, ਸਾਨੂੰ ਇਹ ਗੋਲੀਆਂ ਦੇ ਕੇ, ਮਿੱਠੀਆਂ ਗੋਲੀਆਂ ਦੇ ਕੇ ਸਵਾ ਰਹੇ ਨੇ, ਸਾਡੀ ਮਾਨਸਿਕਤਾ ਸਵਾ ਰਹੇ ਨੇ, ਔਰ ਪਿੱਛੋਂ ਸਾਡੀ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਔਰ ਹਿੰਦੁਸਤਾਨ ਨੂੰ ਚੋਣੇ ਦੀ ਚਿੜੀ ਨੂੰ ਨੋਚ ਨੋਕ ਇਹਨਾਂ ਲੋਕਾਂ ਨੇ ਖਾਧਾ। ਸੋ ਰਲ ਕੇ ਗਿੱਲ ਸਾਹਿਬ, ਸਵਾਲ ਤਾਂ ਇਸ ਗੱਲ ਦਾ ਵੀ ਜਿੰਨੀਆਂ ਵੀ ਇਹ ਰਿਆਇਤਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਖਿਲਾਫ਼ ਉੱਠਣਾ ਚਾਹੀਦਾ। ਕਿਉਂ ਉੱਠਣਗੇ? ਵਿਹਲਿਆਂ ਨੂੰ ਮਿਲ ਰਿਹਾ। ਦੋ ਦਿਨ ਦੇ ਸੁੱਖ ਨਾਲੋਂ ਤੁਹਾਨੂੰ 5 ਮਿੰਟ ਦਾ ਜਿਹੜਾ ਦੁੱਖ ਆ ਉਹ ਚੰਗਾ। ਸੋ ਇਸ ਕਰਕੇ ਦੁੱਖ ਜ਼ਰੂਰ ਭੋਗ ਲਓ ਆਉਣ ਵਾਲੇ ਸੁੱਖ ਲਈ। ਜੇ ਕਿਸਾਨੀ ਅੱਜ ਤੱਕ ਸੰਘਰਸ਼ ਨਾ ਕਰਦੀ, ਕਈਆਂ ਦੇ ਬਿਆਨ ਆਉਂਦੇ ਨੇ, ਕਈ ਕੁਛ ਹੁੰਦਾ ਨਹੀਂ, ਇਤਿਹਾਸ ਦੇ ਅੰਦਰ ਇੱਕ ਨਵਾਂ ਅਧਿਆਇ ਲਿਖਿਆ ਜਾਏਗਾ। ਪਰ ਇਹ ਤੋਂ ਪਹਿਲਾਂ ਵੀ ਉਹਨਾਂ ਗਦਰ ਲਹਿਰ ਦੀਆਂ, ਬੱਬਰ ਅਕਾਲੀਆਂ ਲਹਿਰ ਦੀਆਂ, ਜਾਂ ਹੋਰ ਜਿਹੜੀਆਂ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਸਾਡੀਆਂ ਲਹਿਰਾਂ ਸੀ, ਅੱਜ ਉਹਨਾਂ ਦਾ ਇਤਿਹਾਸ ਵੀ ਕਿਤਾਬਾਂ 'ਚ ਲਿਖਿਆ ਹੋਇਆ। ਉਹ ਕਿਸੇ ਐਵੇਂ ਨਹੀਂ ਲਿਖਤਾ, ਉਹਨਾਂ ਲੋਕਾਂ ਨੇ ਲਿਖਿਆ, ਆਪਣੇ ਖੂਨ ਦੇ ਨਾਲ ਲਿਖਿਆ। ਬਿਲਕੁਲ, ਜੇ ਅੱਜ ਕਿਸਾਨੀ ਦਾ ਸੰਘਰਸ਼ ਕਿਸੇ ਇੱਕ ਪੜਾਅ 'ਤੇ ਪਹੁੰਚਿਆ, ਜਿੱਤ ਦੀ ਦਰਵਾਜ਼ੇ 'ਤੇ ਖੜ੍ਹਾ, ਅਤੇ ਉਹ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਕਰਕੇ ਖੜ੍ਹਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉੱਥੇ ਦਰਵਾਜ਼ੇ 'ਤੇ ਲਾਈ ਸੀ, ਜਿਨ੍ਹਾਂ ਨੇ ਹਿੰਮਤ ਕੀਤੀ ਸੀ। ਜੇ ਕਿਤੇ ਰਾਜਸੀ ਲੋਕ ਉਸ ਕਿਸਾਨੀ ਸੰਘਰਸ਼ ਦੇ ਦੌਰਾਨ ਇਹ ਵਾਗਡੋਰ ਸਾਂਭ ਲੈਂਦੇ, ਤਾਂ ਹੁਣ ਨੂੰ ਕਿਸਾਨ ਕਿਤੇ ਨਾ ਕਿਤੇ ਰੁੱਲ ਜਾਂਦੇ। ਇਹ ਸਿਰਫ ਤਾਂ ਹੀ ਬਚੇ ਨੇ ਵੀ ਉੱਥੋਂ ਦੀਆਂ ਧਿਰਾਂ ਜਿਹੜੀਆਂ ਨੇ, ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ 36 ਜਾਂ 47 ਨੇ, ਉਹਨਾਂ ਲੋਕਾਂ ਦੇ ਅੰਦਰ ਇੱਕ ਤੱਕ ਸੀ, ਇੱਕ ਸੋਚ ਸੀ, ਇੱਕ ਸਮਝ ਸੀ, ਇਨਕਲਾਬੀ ਸੋਚ ਸੀ, ਅਗਾਂਹ ਵਧੂ ਸੋਚ ਸੀ, ਜਮਹੂਰੀਅਤ ਦੇ ਹੱਕ 'ਚ ਸੀ ਉਹ। ਸੋ ਉਹ ਅੱਜ ਵੀ ਆਪਣੇ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਇਸ ਕਰਕੇ ਜਾ ਰਹੀਆਂ ਕਿ ਇਹਨਾਂ ਰਾਜਨੀਤਿਕ ਲੋਕਾਂ ਦੇ ਕਦੇ ਵਿਸ਼ਵਾਸ ਨਾ ਕੀਤਾ ਜਾਵੇ। ਜੋ ਚੰਨੀ ਕਹਿ ਰਿਹਾ, ਜੋ ਕੇਜਰੀਵਾਲ ਕਹਿ ਰਿਹਾ, ਜੋ ਸ਼੍ਰੋਮਣੀ ਅਕਾਲੀ ਦਲ ਨੇ ਨਵਾਂ ਇੱਕ ਅਜੇ ਹੋਰ 2-4 ਦਿਨ ਦੇ ਅੰਦਰ ਅੰਦਰ ਬਹੁਤ ਵੱਡੇ ਹੋਰ ਜਿਹੜੇ ਆ ਉਹ ਮੇਲੇ ਲੱਗਣੇ ਨੇ, ਰਿਆਤਾਂ ਦੇ ਮੇਲੇ ਲੱਗਣੇ ਨੇ, ਬਿਆਨ ਆਉਣੇ ਹਾਲੇ ਬਿਆਨ ਹੀ ਨਹੀਂ ਆਉਣੇ, ਮੇਲੇ ਲੱਗਣੇ ਨੇ। ਮੇਲਿਆਂ ਦਾ ਭਾਵ ਇਸ਼ਤਿਹਾਰਾਂ ਦੇ ਵਿੱਚ ਤੁਹਾਨੂੰ ਰਿਆਤਾਂ ਦੇਣੀਆਂ ਨੇ, ਤੁਹਾਨੂੰ ਰਿਆਤਾਂ ਦਾ ਵਾਅਦਾ ਕਰਨਾ, ਤੁਹਾਡੇ ਮੁੰਡਿਆਂ ਨੂੰ ਨੌਕਰੀ ਦੇਣੀ ਹੈ, ਉਹਨਾਂ ਕਹਿਣਾ ਤੁਹਾਡੇ ਟਿਊਬਵੈੱਲਾਂ ਦੀ ਬਿਜਲੀ ਫਰੀ ਕਰਨੀ ਹੈ, ਤੁਹਾਡੇ ਘਰਾਂ ਦੇ ਅੰਦਰ ਜਿਹੜੇ ਲਾਟੂ ਜਗਦੇ ਇਹਨਾਂ ਨੂੰ ਬੁਝਾਉਣਾ ਵੀ ਹੈ। ਸੋ ਇਸ ਕਰਕੇ ਇਹ ਸਮਝਦਾਰੀ ਕਰਕੇ ਹੀ ਫਾਇਦਾ, ਨਹੀਂ ਤਾਂ ਇਹ ਨਿੱਕੇ ਮੋਟੇ ਜਿਹੜੇ ਛੋਟੇ ਛੋਟੇ ਲਾਭ ਦੇ ਕੇ ਸਾਡੀ ਸੋਚ ਨੂੰ ਖੁੰਡਿਆ ਕਰ ਰਹੇ ਨੇ, ਇਹ ਤੋਂ ਬਚਾਅ ਕਰੋ। ਵੈਸੇ ਇੱਕ ਹੋਰ ਗੱਲ ਹੈ ਲਹਿਲ ਸਾਹਿਬ, ਤੁਹਾਡੀ ਗੱਲ ਵਿੱਚੇ ਘੱਟ ਗਿਆ ਜੀ। ਕਿਸੇ ਸਰਕਾਰ ਨੇ ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਰਹੀ, ਉਦੋਂ ਪਹਿਲਾਂ ਕਾਂਗਰਸ ਰਹੀ, ਫਿਰ ਦੁਬਾਰੇ ਫਿਰ ਕਾਂਗਰਸ ਆ ਗਈ, ਹੁਣ ਦੁਬਾਰੇ ਫਿਰ ਕਾਂਗਰਸ ਹੱਥ ਪੱਲੇ ਮਾਰ ਰਹੀ ਹੈ। ਇਹਨਾਂ ਸਰਕਾਰਾਂ ਨੇ ਇਹ ਕੋਸ਼ਿਸ਼ ਕਦੇ ਨਹੀਂ ਕਰੀ ਕਿ ਅਸੀਂ ਸਨਅਤ ਜਾਂ ਇੰਡਸਟਰੀ ਲੈ ਆਈਏ। ਅੱਜ ਕੇਜਰੀਵਾਲ ਸਾਹਿਬ ਨੇ 1 ਕਰੋੜ ਔਰਤ ਨੂੰ ਬੈਨੀਫਿਟ ਦੀ ਗੱਲ ਕੀਤੀ ਵੀ 1,000 ਰੁਪਏ ਆਪਾਂ ਦੇਵਾਂਗੇ, ਇਹ ਗੱਲ ਆਪਾਂ 1/2 ਘੰਟਾ ਪਹਿਲਾਂ ਵੀ ਕਰਕੇ ਹਟੇ ਹਾਂ। ਇਹੀ ਜੇ ਕੇਜਰੀਵਾਲ ਇਹ ਗੱਲ ਕਰਦਾ ਕਿ ਜਿੰਨੀਆਂ ਵੀ ਪੰਜਾਬ ਦੀਆਂ ਔਰਤਾਂ ਨੇ ਸਾਰਿਆਂ ਨੂੰ ਅਸੀਂ ਸਿਲਾਈ ਮਸ਼ੀਨ ਦੇਵਾਂਗੇ, ਔਰ ਜਿਹੜਾ ਉਹ ਪ੍ਰੋਡਕਟ ਬਣਾਉਣਗੀਆਂ ਗੌਰਮੈਂਟ ਉਹਨੂੰ ਨਿਰਯਾਤ ਕਰੂਗੀ। ਸਵੈ ਰੁਜ਼ਗਾਰ ਇਹਨੂੰ ਕਹਿੰਦੇ ਆ, ਸਵੈ ਰੁਜ਼ਗਾਰ ਪਿੰਡਾਂ ਦੇ ਅੰਦਰ ਸਵੈ ਰੁਜ਼ਗਾਰ ਜਿਹੜਾ ਉੱਥੇ ਜਿਹੜੀਆਂ ਜੀ ਸੁਸਾਇਟੀ ਬਣਾ ਕੇ, ਸਹਿਕਾਰੀ ਸੁਸਾਇਟੀ ਜਿਹੜੀਆਂ ਖਤਮ ਕਰਤੀਆਂ ਸਰਕਾਰ, ਇਹ ਬੰਦ ਕਰਤੀਆਂ ਨਾ ਰੈਲ ਸਾਹਿਬ, ਕੀ ਪੰਜਾਬ ਦੇ ਵਿੱਚ ਬ੍ਰੈਡ ਬਣਾਉਣ ਸਰਕਾਰੀ ਬ੍ਰੈਡ ਦੀ ਫੈਕਟਰੀ ਨਹੀਂ ਲੱਗ ਸਕਦੀ? ਲੱਗ ਸਕਦੀ ਹੈ। ਪੰਜਾਬ ਦੇ ਵਿੱਚ ਔਰਤਾਂ ਬ੍ਰੈਡ ਬਣਾਉਣ, ਪੰਜਾਬ ਵਿੱਚ ਔਰਤਾਂ ਬਿਸਕੁਟ ਬਣਾਉਣ, ਹੁਣ ਬੇਰਕਾ ਆਪਣੇ ਇੰਡੀਵਿਜੁਅਲ ਦੁੱਧ ਵੇਚ ਰਹੀ ਹੈ, ਪਿੰਨੀਆਂ ਵੇਚ ਰਹੀ ਹੈ, ਮਿੱਠੀ ਲੱਸੀ ਵੇਚ ਰਹੀ ਹੈ, ਨਮਕੀਨ ਲੱਸੀ ਵੇਚ ਰਹੀ ਹੈ, ਹੋਰ ਬੜੇ ਪ੍ਰੋਡਕਟ ਹੈ ਦੁੱਧ ਵੀ ਹੈਗੇ ਨੇ ਪੀਣ ਵਾਲੇ, ਉਹ ਵੇਚ ਰਹੀ ਹੈ ਆਪਣੇ ਸਿਰ ਪੈਰਾਂ। ਹਾਲਾਂਕਿ ਬੇਰਕਾ ਨੂੰ ਖਤਮ ਕਰਨ ਵਾਸਤੇ ਵੀ ਸਰਕਾਰਾਂ ਨੇ ਯਤਨ ਲਾ ਲਏ ਸੀ, ਬੇਰਕਾ ਸੜਕ 'ਤੇ ਆ ਗਈ ਸੀ। ਚਲੋ ਇਹ ਤਾਂ ਭਲਾ ਹੋਵੇ ਕਿਸੇ ਨਾ ਕਿਸੇ ਸਰਕਾਰ ਦਾ, ਹੁਣ ਮੈਨੂੰ ਯਾਦ ਨਹੀਂ ਵੀ ਉਹਨੇ ਦੁਬਾਰੇ ਫਿਰ ਇਸ ਸੁਸਾਇਟੀ ਨੂੰ ਮੋਟੀਵੇਟ ਕੀਤਾ, ਫੰਡ ਮੁਹੱਈਆ ਕੀਤੇ, ਤਾਂ ਦੁਬਾਰੇ ਵਿਚਾਰੀ ਫਿਰ ਖੜ੍ਹੀ ਹੋ ਗਈ, ਅੱਜ ਬੇਰਕਾ ਹੋਈ ਪਈ ਹੈ। ਕੀ ਪੰਜਾਬ ਦੀਆਂ ਬਹੁਤ ਸਾਰੀਆਂ ਸਹਿਕਾਰੀ ਸਭਾਵਾਂ ਸੀ, ਕੀ ਡੈਰੀ ਉਤਪਾਦ ਨਹੀਂ ਹੋ ਸਕਦੇ? ਕੀ ਜਨਾਨੀਆਂ ਨੂੰ ਪਨੀਰ ਬਣਾਉਣ ਦੀ ਸੇਵਾ ਨਹੀਂ ਲਾਈ ਜਾ ਸਕਦੀ? ਕੀ ਜਨਾਨੀਆਂ ਨੂੰ ਬਿਸਕੁਟ ਬਣਾਉਣ ਦੀ ਫੈਕਟਰੀ 'ਚ ਫੈਕਟਰੀ ਨਹੀਂ ਲਾਈ ਜਾ ਸਕਦੀ? ਬਿਲਕੁਲ ਲਾਈ ਜਾ ਸਕਦੀ ਹੈ। ਕਾਰਨ ਕੀ ਹੈ? ਲਹਿਰ ਸਾਹਿਬ ਦੀ ਗੱਲ ਹੈ, ਬਣਾਉਣਾ ਤਾਂ ਅਸੀਂ ਨਿਕੰਮੇ ਹੈ, ਅਸੀਂ ਟੀਕੇ ਹੀ ਇਸ ਤਰ੍ਹਾਂ ਦਾ ਲਾ ਰਹੇ ਹਾਂ, ਤੁਸੀਂ ਕੰਮ ਨਹੀਂ ਕਰਨਾ। ਨਾ 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 ਨਾ, 1 ਕਰੋੜ ਬੀਬੀ ਨੇ ਕੰਮ ਨਹੀਂ ਕਰਨਾ। ਬੀਬੀ ਨੇ ਕੀ ਕਰਨਾ ਹੈ? ਫਰੀ ਬੱਸ ਸਫ਼ਰ ਕਰਤਾ, ਬੱਸੇ ਚੜ੍ਹਨਾ, ਕਨੈਕਟਰ ਦੀ ਦਾੜੀ ਪੱਟਣੀ ਹੈ। ਆ ਪਰਸ 4-5 ਦਿਨ ਪਹਿਲਾਂ ਇੱਕ ਬੀਬੀ ਨੇ ਬਹਿ ਸੀ, ਗੁਰਸਿੱਖ ਵਿਚਾਰਾ ਡਰਾਈਵਰ ਸੀਗਾ, ਉਹਦੀ ਦਾੜੀ ਪੱਟਤੀ ਉਹ ਬੀਬੀ। ਉਹ ਡਰਾਈਵਰ ਨੇ ਇਹ ਗੱਲ ਕਹੀ ਹੈ ਵੀ ਜਾ ਬੀਬੀ ਅੰਦਰ ਆ ਜਾ ਥੱਲੇ ਉੱਤਰ ਜਾ। ਉਹਦੀ ਚਲੋ ਲੈਂਗੁਏਜ ਹੋਰ ਸੀ, ਤਾਂ ਕੋਈ ਜਨਾਨੀ ਗਲਤ ਸਮਝ ਗਈ, ਜਨਾਨੀ ਨੇ ਦਾੜੀ ਪੱਟੀ, ਉਹਦੀ ਬੇਇੱਜ਼ਤੀ ਕਰਤੀ, ਵੀਡੀਓ ਬੜਾ ਵਾਇਰਲ ਹੋਇਆ। ਚਲੋ ਜਨਾਨੀ ਨੇ ਬਾਅਦ ਦੇ ਵਿੱਚ ਮਾਫ਼ੀ ਮੰਗੀ, ਨਾ ਮੰਗੀ ਤਾਂ ਬਾਅਦ ਦੀ ਗੱਲ ਹੈ। ਕਹਿਣ ਦਾ ਸਾਡਾ ਮਤਲਬ ਇਹ ਹੈ, ਅਸੀਂ ਰੁਜ਼ਗਾਰ ਨਹੀਂ ਦੇਣਾ ਚਾਹੁੰਦੇ,
एक करोड़ बीबी नकारा कर देनिया सी भी घरे बैठो हर महीने चढ़े महीने तुहानू पेंशन भी आऊगी तुहानू 1000 रुपया भी आऊगा तुसी काम नहीं करना ना 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 मतलब जिहड़ियां पंजाब दीआं जनानियां माड़ा मोटा काम करदियां सी ओह भी निकम्मियां कर दिओ और दूजे जिहड़े नौजवान सी ओह वैसे नशे दे टीके ला ला कमले होए पए ने बुरा हाल कर रखे उन्होंने कदे किसे नौजवान डिग्गिया कदे किसे डिग्गिया होया पुलिस डिपार्टमेंट नाल मिलिया होया बथेरे पुलिस वाले डिसमिस कराते जिहड़े नशा तस्करां दे नाल मिले होए सीगे जदों कुत्ती चोरां दे नाल रल जे लहल साहब जी बिल्कुल सियाणी कहावत है कौड़ी कौड़ी जी कहावत है बिल्कुल जदों कुत्ती रल जे चोरां दे नाल ते फिर चोरी रोकू कौन कोई भी नहीं जी कुत्ती नूं ईमानदार होना पऊगा हुण कुत्ती मैं कहना किहनूं आ इह तुसीं आप समझ सकदे हो मैनूं लोड़ नहीं किसे नूं कहण दी कहण दा मतलब इह है असीं अपणे पंजाब नूं नकारा बनाउण वास्ते सरकारां वाह वास्ता लाई जांदियां क्या अकाली दल क्या कांग्रेस क्या आम आदमी पार्टी क्या भाजपा असीं लारे ते जुमले असी झूठ तपान बीबियां नू साड़ियां फ्री लिपस्टिकां फ्री चुन्नियां फ्री दुपट्टे फ्री पग्गां पग्गां फ्री चप्पलां छित्तर सब फ्री पंजाब दे विच हुण पंजाब च कोई चीज़ खरीदने की लोड़ नहीं मैं तो यह सोचना कुलवंत गिल जी बलैर साहब दो चार मिनट बस जी मैं लास्ट ही है मेरा कहने का भाव यह एक कंपनियां हो गई प्राइवेट राजसी पार्टियां नहीं है लोगों के भलाई लिए नहीं है ये तो एक कंपनियां ने ਜਿਵੇਂ ਬਹੁ ਰਾਸ਼ਟਰੀ ਕੰਪਨੀਆਂ ਨੇ ਇਵੇਂ ਕੰਪਨੀਆਂ ਨੇ ਇਹਨਾਂ ਆਪਣੇ ਕੰਪਨੀਆਂ ਦਾ ਸਮਾਨ ਵੇਚਣ ਲਈ ਆਪਣੀਆਂ ਗੱਲਾਂ ਵੇਚਣ ਲਈ ਅਤੇ ਰਾਜ ਕਰਨ ਵਾਸਤੇ ਇੱਦਾਂ ਦੇ ਜੁਮਲੇ ਛੱਡੇ ਹੋਏ ਨੇ ਚੰਗਾ ਹੁੰਦਾ ਜੇ ਕੇਜਰੀਵਾਲ ਸਾਹਿਬ ਤੁਸੀਂ ਇਹ ਗੱਲ ਕਹੀ ਹੁੰਦੀ ਵੀ ਮੈਂ ਇਹ 1000 ਰੁਪਈਏ ਦੀ ਬਜਾਏ ਮੈਂ ਇਹ ਜਿਹੜਾ ਰੁਪਈਆ ਇਹ ਸੜਕਾਂ 'ਤੇ ਲਾਊਂਗਾ ਸਕੂਲਾਂ 'ਤੇ ਲਾਊਂਗਾ ਹਸਪਤਾਲਾਂ 'ਤੇ ਲਾਊਂਗਾ ਰੁਜ਼ਗਾਰ ਪੈਦਾ ਕਰਨ ਵਾਲੇ ਸਾਧਨਾਂ 'ਤੇ ਲਾਊਂਗਾ ਪਿੰਡਾਂ ਦੇ ਅੰਦਰ ਸਹਿਕਾਰੀ ਸਭਾਵਾਂ ਜਿਹੜੀਆਂ ਦੁਬਾਰਾ ਉਤਪੰਨ ਕਰੂੰਗਾ ਉਹਨਾਂ ਲੇਡੀਜ਼ ਨੂੰ ਉਹਨਾਂ ਜਿਹੜੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਉਹਨਾਂ ਨੂੰ ਰੁਜ਼ਗਾਰ ਦਊਂਗਾ ਰੁਜ਼ਗਾਰ ਕਿਵੇਂ ਰੁਜ਼ਗਾਰ ਜਿਵੇਂ ਤੁਸੀਂ ਖੁਦ ਹੀ ਕਿਹਾ ਜਿਵੇਂ ਵੇਰਕੇ ਦੇ ਅੰਦਰ ਪਿੰਡਾਂ ਦੇ ਅੰਦਰ ਸਹਿਕਾਰੀ ਸਭਾਵਾਂ ਦੇ ਜਿਹੜੀਆਂ ਡੈਰੀਆਂ ਨੇ ਦੁੱਧ ਸਾਰਾ ਇਕੱਠਾ ਕਰਕੇ ਇੱਥੇ ਆਉਂਦਾ ਉੱਥੋਂ ਫਿਰ ਵੇਰਕੇ ਨੂੰ ਵੇਚਿਆ ਜਾਂਦਾ ਲੇਡੀਜ਼ ਨੂੰ ਮਜ਼ਬੂਤ ਕਰਦੇ ਇਸੇ ਤਰ੍ਹਾਂ ਵੱਖ ਵੱਖ ਥਾਵਾਂ ਦੇ ਉੱਤੇ ਸਾਡੇ ਪ੍ਰੋਡਕਟ ਨੇ ਕੱਪੜਾ ਕੋਈ ਬੁਣਦਾ ਹੱਥ ਕੱਢੀ ਜੇ ਪਹਿਲਾਂ ਚੱਲਦੀ ਸੀ ਹੱਥ ਕੱਢੀ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਸੀ ਸਾਡੇ ਸੈਂਟਰ ਸੀ ਕੰਪਿਊਟਰ ਸੈਂਟਰ ਸੀ ਖੋਲ੍ਹੇ ਜਾ ਸਕਦੇ ਸੀ ਬੰਦ ਕਰਦੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਸੈਲਫ ਜਿਹੜਾ ਉਹ ਮਤਲਬ ਜਿਹੜਾ ਉਹ ਰੁਜ਼ਗਾਰ ਪੈਦਾ ਕਰਦੀਆਂ ਨੇ ਸਾਨੂੰ ਕੰਮ ਮਿਲਦਾ ਹੀ ਹੈਗਾ ਕਿਤੇ ਬਾਹਰਲੇ ਵਿਦੇਸ਼ਾਂ 'ਚ ਇੱਦਾਂ ਦੀਆਂ ਕੁਛ ਨਹੀਂ ਹੈ ਉੱਥੇ ਜੇ ਕੋਈ ਪੈਨਸ਼ਨਾਂ ਨੇ ਤਾਂ ਉੱਥੇ ਵੀ 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਅਸੀਂ ਕਹਿੰਦੇ ਹਾਂ ਦਿਓ 60 ਸਾਲ ਤੋਂ ਉੱਪਰ ਜਾਂ 65 ਸਾਲ ਤੋਂ ਉੱਪਰ ਜਿਹੜਾ ਬਜ਼ੁਰਗ ਹੈ ਜਿਹੜਾ ਮਾਤਾ ਜਿਸ ਬੰਦੇ ਦੇ ਕੋਈ ਸੋਰਸਿਸ ਨਹੀਂ ਹੈ ਜਿੰਨਾ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਜਿਨ੍ਹਾਂ ਦੇ ਮੁੰਡੇ ਕੋਲ IAS ਅਫਸਰ ਨਹੀਂ ਹੈ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਹੈ ਜਾਂ ਜਿਨ੍ਹਾਂ ਦੇ ਕੋਲ ਕੋਈ ਇਨਕਮ ਆਫ ਸੋਰਸ ਹੋਰ ਨਹੀਂ ਹੈ ਉਹਨੂੰ ਇੱਕ ਆਰਥਿਕਤਾ ਦੇ ਆਧਾਰ ਦੇ ਉੱਤੇ ਉਹਨਾਂ ਬਜ਼ੁਰਗਾਂ ਦੀ ਪੈਨਸ਼ਨ ਲਾਓ ਉਹਨਾਂ ਨੂੰ ਫ੍ਰੀ ਬੱਸ ਪਾਸ ਦਿਓ ਉਹਨਾਂ ਨੂੰ ਮੈਡੀਕਲ ਸਹੂਲਤ ਦਿਓ ਉਹਨਾਂ ਨੂੰ ਹਰ ਸਹੂਲਤ ਦਿਓ ਜਿਵੇਂ ਮਤਲਬ ਜਿਹੜੀ ਸੀਨੀਅਰ ਸਿਟੀਜ਼ਨ ਉਹਨਾਂ ਨੂੰ ਲੈਣ 'ਚ ਪ੍ਰਿਓਰਟੀ ਦਿਓ ਇਹਦੇ ਹੱਕ 'ਚ ਅਸੀਂ ਹੈ ਪਰ ਇਸ ਹੱਕ 'ਚ ਨਹੀਂ ਇੱਕ 3 ਸਾਲ ਦੀ ਜਿਹੜੀ ਕੁੜੀ ਹੈ ਜਾਂ 3 ਸਾਲ ਦਾ ਜਿਹੜਾ ਬੱਚਾ ਹੈ ਜਿਹਨੂੰ ਨੌਂ ਦੀ ਗੱਲ ਕਰਦੇ ਹੋ 20 ਸਾਲ ਦੀ ਕੁੜੀ ਹੈ ਉਹਨੂੰ ਤੁਸੀਂ ਨਗੱਲਿਆਂ ਕਰ ਦਿਓ ਉਹਨੂੰ ਪੈਨਸ਼ਨ ਲਾ ਦਿਓ ਇਹ ਖੋਤਾ ਅਤੇ ਘੋੜਾ ਬਰਾਬਰ ਨਾ ਕਰੋ ਕੀ ਪਤਾ ਲੱਗੂਗਾ ਜਵਾਨ ਕਿਹੜਾ ਅਤੇ ਬਜ਼ੁਰਗ ਕਿਹੜਾ ਬਜ਼ੁਰਗਾਂ ਨੂੰ ਲੋੜ ਹੈ ਉਹਨਾਂ ਦੀਆਂ ਪੈਨਸ਼ਨਾਂ ਲਾਓ ਉਹਨਾਂ ਨੂੰ ਸੁੱਖ ਸਹੂਲਤ ਦਿਓ ਜਿਵੇਂ ਬਾਹਰ ਦਿੰਦੇ ਨੇ ਔਰ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਨੌਜਵਾਨਾਂ ਨੂੰ ਰੁਜ਼ਗਾਰ ਦਿਓਗੇ ਤਾਂ ਸਾਡਾ ਇੱਥੋਂ ਦਾ ਸਿਸਟਮ ਆਪਾਂ ਬੁਰਾ ਹਾਲ ਹੈ ਜੀ ਆਵਾ ਪੈਸਾ ਆਏਗਾ ਆਵਾ ਪੈਸੇ ਨਾਲ ਵਿਕਾਸ ਹੋਏਗਾ ਸੋ ਇਸ ਪਾਸੇ ਨਵਾਂ ਤਕਨੀਕ ਲੈ ਕੇ ਆਓ ਔਰ ਸਾਡੇ ਲੋਕਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ ਵੀ ਸਾਨੂੰ ਇਹ ਮੁਕਤਖੋਰ ਨਾ ਬਣਾਓ ਸਾਡੇ ਵਿਕਾਸ ਦੀ ਗੱਲ ਕਰੋ ਇੱਕ ਚੰਗੀ ਸੋਚ ਲੈ ਕੇ ਆਓ ਚੰਗੀ ਸੋਚ ਵਾਲੇ ਬੰਦੇ ਨੂੰ ਜੇ ਤੁਸੀਂ ਚੁਣੋਗੇ ਤੁਹਾਡਾ ਵੀ ਤੁਹਾਡੇ ਬੱਚਿਆਂ ਦਾ ਵੀ ਔਰ ਤੁਹਾਡੇ ਸਮਾਜ ਦਾ ਵੀ ਬੈਨੀਫਿਟ ਹੋਏਗਾ ਔਰ ਸੁਧਾਰ ਹੋਏਗਾ ਉੱਥੇ ਮਨੁੱਖ ਤੋਂ ਮਨੁੱਖ ਦੀ ਲੁੱਟ ਨਹੀਂ ਹੋਏਗੀ ਉੱਥੇ ਇੱਕ ਸਾਂਝੀਵਾਲਤਾ ਦਾ ਜਿਹੜਾ ਸਿਰਜਿਆ ਹੋਇਆ ਸਮਾਜ ਹੈ ਉਹ ਉਸਰੇਗਾ ਵਧੋ ਲੜੋ ਔਰ ਸਮਾਜ ਨੂੰ ਸੁਧਾਰਨ ਵੱਲ ਅੱਗੇ ਚੱਲੋ ਜੀ ਲਹਿਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਸਾਡੀ ਅੱਜ ਦੀ ਖੁੰਡ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਸਾਡਾ ਕਿਸੇ ਦਾ ਮੇਨ ਮੁੱਖ ਮਕਸਦ ਦਿਲ ਦਿਖਾਉਣਾ ਨਹੀਂ ਹੈ ਸੱਚ ਨੂੰ ਉਜਾਗਰ ਕਰਨਾ ਹੈ ਉਹ ਗੱਲ ਆ ਵੀ ਗੱਲ ਮਾਰੀਏ ਗਿੱਟੇ ਭਾਵੇਂ ਰੋਵੇ ਭਾਵੇਂ ਕੋਈ ਪਿੱਟੇ ਸਾਡਾ ਤਾਂ ਕੰਮ ਮਿੱਠੇ ਟੋਟ ਕੇ ਲਾਉਣਾ ਹੈ ਸੋ ਕੱਲ੍ਹ ਫਿਰ ਮਿਲਾਂਗੇ ਜੀ ਇਸੇ ਸਮੇਂ ਇਸੇ ਚੈਨਲ 'ਤੇ ਤਦ ਤੱਕ ਹੀ ਸਾਨੂੰ ਦੋਨਾਂ ਨੂੰ ਇਜਾਜ਼ਤ ਦਿਓ ਰੱਬ